ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਨਾਮ ਵਾਹਿਗੁਰੂ ਸਾਹਿਬ ਜੀ। ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕੈ ਬੂਝਲ ਆਗੈ ਕਹੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਦੇ ਤਖਤ ਦੇ ਸੁਭਾਏ ਮਾਨ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰਮ ਪਵਿੱਤਰ ਦਰਬਾਰਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਯਾਦਗਾਰੀ ਅਸਥਾਨਾਂ 'ਤੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਚੱਲ ਰਹੇ ਸਹਿਜ ਪਾਠ ਸੰਥਿਆ ਸਮਾਗਮ ਭਰੀਏ ਹਾਜ਼ਰੀ ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰਮ ਪਵਿੱਤਰ ਅੰਗ 1350 ਦੇ ਅਖੀਰ ਤੋਂ ਸਹਿਜ ਪਾਠ ਸੰਥਿਆ ਦੀ ਪ੍ਰਾਰੰਭਤਾ ਹੋ ਰਹੀ ਹੈ। ਭਗਤ ਸਾਹਿਬਾਨਾਂ ਦੀ ਬਾਣੀ ਪ੍ਰਭਾਤੀ ਰਾਗ ਦੇ ਵਿੱਚ ਆਪਾਂ ਸਰਵਣ ਕਰ ਰਹੇ ਹਾਂ। ਭਗਤ ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ, ਪੰਜ ਸ਼ਬਦ ਭਗਤ ਸਾਹਿਬ ਜੀ ਦੇ ਸਰਵਣ ਕੀਤੇ ਹਨ। ਅੱਗੇ ਹੁਣ ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਗੁਰੂ ਅਰਜਨ ਦੇਵ ਸਾਹਿਬ ਜੀ ਦਰਜ ਕਰਾਉਂਦੇ ਨੇ, ਮੰਗਲਾ ਚਰਨ ਕਰਦੇ ਨੇ। ਇੱਕ ਓਅੰਕਾਰ ਇੱਕ ਦਾ ਅਰਥ ਹੈ ਅਦੁੱਤੀ ਬ੍ਰਹਮ, ਵੀ ਇੱਕੋ ਹੀ ਇੱਕ ਓਅੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦਾ ਰੱਖਿਅਕ ਹੈ,
ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦਾ ਏ। ਮਨ ਕੇ ਬਿਰਥਾ ਮਨ ਹੀ ਜਾਣੈ। ਸਤ ਸੰਗਤ ਇਹ ਸ਼ਬਦ ਨਾਮਦੇਵ ਸਾਹਿਬ ਜੀ ਨੇ ਤਿਸ ਸਮੇਂ ਉਚਾਰਿਆ ਜਦੋਂ ਸੁਲੇਮ ਸ਼ਾਹ ਬਾਦਸ਼ਾਹ ਦੀ ਗ੍ਰਿਫਤ ਦੇ ਵਿੱਚੋਂ ਛੁੱਟ ਕੇ ਆਏ ਨਾ, ਜਿਹੜਾ ਹਾਥੀ ਦੇ ਅੱਗੇ ਸਿੱਟ ਕੇ ਮਹਾ ਭਗਤ ਨਾਮਦੇਵ ਸਾਹਿਬ ਜੀ ਦਾ ਨੁਕਸਾਨ ਕਰਨ ਲੱਗਾ ਸੀ, ਤਾਂ ਆ ਕੇ ਸੇਵਕ ਜਿਹੜੇ ਸਤਸੰਗੀ ਸਨ ਉਹ ਪੁੱਛਦੇ ਨੇ, ਹੇ ਮਹਾਰਾਜ ਨਾਮਦੇਵ ਜੀ, ਆਪ ਜੀ ਦੀ ਉਸ ਵੇਲੇ ਹਾਲਤ ਕੀ ਸੀ, ਕੀ ਵਿਚਾਰ ਚੱਲ ਰਹੇ ਸਨ ਜਦੋਂ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ? ਤਾਂ ਉਹਨਾਂ ਨੂੰ ਉੱਤਰ ਦਿੰਦਿਆਂ ਹੋਇਆਂ ਨਾਲ ਹੀ ਸਰਬ ਸਾਂਝਾ ਉਪਦੇਸ਼ ਬਖਸ਼ਦਿਆਂ ਕਹਿੰਦੇ ਨੇ, ਮਨ ਕੀ ਬਿਰਥਾ ਮਨ ਹੀ ਜਾਣਾ ਹੈ ਭਾਈ, ਜੋ ਸਾਡੇ ਮਨ ਦੀ ਬਿਰਥਾ ਪੀੜਾ ਜੋ ਦੁੱਖ ਸੁੱਖ ਦੀ ਹਾਲਤ ਸੀ ਉਸ ਨੂੰ ਮਨ ਹੀ ਜਾਣਦਾ ਹੈ, ਸਾਡਾ ਮਨ ਹੀ ਸਮਝਦਾ ਸੀ ਉਸ ਗੱਲ ਨੂੰ। ਕਹਿ ਬੂਝਲ ਆਗੈ ਕਹੀਐ। ਕਹਿ ਬੂਝਲ ਆਗੈ ਕਹੀਐ, ਕਹਿ ਜਾਂ ਕਹਿੰਦੇ ਵੀ ਅਸੀਂ ਉਸ ਸਮੇਂ ਜੋ ਬੂਝਲ ਤੋਂ ਭਾਵ ਸਾਰਿਆਂ ਦੇ ਅੰਦਰ ਦੀ ਬੁੱਝਣ ਵਾਲਾ ਪਰਮੇਸ਼ਰ ਹੈ ਉਸ ਵਾਹਿਗੁਰੂ ਦੇ ਆਗੇ ਸਨਮੁਖ ਬੇਨਤੀ ਕਹੀਏ ਕਹਿਣਾ ਕੀਤੀ ਸੀ, ਮਹਾਰਾਜ ਤੂੰ ਹੀ ਸਾਡਾ ਰੱਖਿਆ ਕਹਿ, ਹੋਰ ਤਾਂ ਕੌਣ ਸਾਨੂੰ ਬਚਾਵੇਗਾ। ਜਾਂ ਦੂਜਾ ਭਾਵ ਹੈ ਵੀ ਮਨ ਦੀ ਬਿਰਥਾ ਹਾਲਤ ਦੁੱਖ ਸੁੱਖ ਉਹ ਸਾਧ ਸੰਗਤ ਮਨ ਜਾਣ ਦਾ ਭਾਵ ਜਿਹਦੇ ਉੱਤੇ ਅਵਸਥਾ ਬਣੀ ਹੈ ਉਹ ਉਸੇ ਨੂੰ ਉਹੀ ਅਨੁਭਵ ਕਰਦਾ ਹੈ। ਕਹਿ ਬੂਝਲ ਆਗੈ ਕਹੀ ਹੈ, ਅਤੇ ਜਾਂ ਫਿਰ ਜਿਹੜਾ ਬੂਝਲ ਬੁੱਝਣ ਹਾਲ ਪਰਮੇਸ਼ਰ ਜਾਣਦਾ ਉਹ ਦੁੱਖ ਸੁੱਖ ਦੀ ਨਿਵਿਰਤੀ ਦੇ ਵਾਸਤੇ ਉਹ ਮਾਲਕ ਦੇ ਅੱਗੇ ਹੀ ਮਹਾਰਾਜ ਕਹਿੰਦੇ ਆਗਿਆ ਕਹੀਏ, ਆਪਣਾ ਦੁੱਖ ਸੁੱਖ ਆਖਣਾ ਚਾਹੀਦਾ ਉਹਦੇ ਅੱਗੇ ਹੀ ਅਸੀਂ ਆਖਦੇ ਹਾਂ। ਅੰਤਰ ਜਾਮੀ ਰਾਮ ਰਵਾਈ ਰਵਾਈ ਰਵਾਈ, ਅੰਤਰ ਜਾਮੀ ਰਾਮ ਰਵਾਂ, ਇੱਦਾਂ ਦੋ ਭਾਗ ਕਰ ਲਈਦੇ ਜੇ ਸ਼ਬਦ ਨਾ ਉਚਾਰਿਆ ਜਾਵੇ, ਰਵਾਂ ਉੱਤੇ ਬਿੰਦੀ ਆ ਗਈ ਈ ਰਵਾਈ। ਮਹਾਰਾਜ ਕਹਿੰਦੇ ਵੀ ਜੋ ਮੈਂ ਅੰਤਰ ਜਾਮੀ ਅੰਦਰ ਦੀ ਜਾਣਨ ਵਾਲਾ ਰਾਮ ਪਰਮੇਸ਼ਰ ਹੈ ਉਹਦੇ ਨਾਮ ਨੂੰ ਹੀ ਰਵਾਈ, ਰਵਾਉਣ ਤੋਂ ਭਾਵ ਹੈ ਰਵਣਾ ਰਵਣਾ ਜਾਂ ਉਚਾਰਨ, ਵੀ ਨਾਮ ਉਚਾਰਨ ਵਿੱਚ ਲੱਗਿਆ ਹੋਇਆ ਸੀ ਉਸ ਵੇਲੇ ਵੀ, ਹੁਣ ਵੀ ਮੈਂ ਅੰਤਰਜਾਮੀ ਮਾਲਕ ਦਾ ਹੀ ਨਾਮ ਸਿਮਰਦਾ ਹਾਂ। ਮੈਂ ਡਰ ਕੈਸੇ ਚਾਹੀਏ, ਫਿਰ ਮੈਂ ਮੈਨੂੰ ਕਿਸੇ ਦਾ ਡਰ ਭੈ ਕੈਸੇ ਕਿਸ ਪ੍ਰਕਾਰ ਚਾਹੀਏ ਚਾਹੀਦਾ ਹੈ, ਪਰ ਮੈਨੂੰ ਕੀ ਡਰਨ ਦੀ ਲੋੜ ਸੀ, ਮੈਨੂੰ ਕੋਈ ਡਰ ਮਹਿਸੂਸ ਹੋਇਆ ਹੀ ਨਾ। ਬੇਦੀ ਅਲੇ ਗੋਪਾਲ ਗੁਸਾਈ, ਬੇਦੀ ਅਲੇ ਇਹਨੂੰ ਏਦਾਂ ਹੀ ਧੱਦੇ ਦੇ ਭਾਰ ਪਾ ਕੇ ਬੋਲਣਾ, ਬੇਦੀ ਅਲੇ ਗੋਪਾਲ ਗੋਸਾਈ, ਗੋਪਾਲ ਪ੍ਰਿਥਵੀ ਦੇ ਪਾਲ ਗੋਸਾਈ ਮਾਲਕ ਪਰਮੇਸ਼ਰ ਦਾ ਜੋ ਪ੍ਰੇਮ ਹੈ ਉਹਦੇ ਨਾਮ ਜਪਣ ਦੇ ਵਿੱਚ ਹੀ ਮੇਰਾ ਨਾਮਦੇਵ ਜੀ ਕਹਿੰਦੇ ਚਿੱਤ ਜਿਹੜਾ ਹੈ ਨਾ ਬੇਦੀ ਅਲੇ ਵਿੰਨਿਆ ਗਿਆ ਸੀ, ਪਰ ਉਸ ਦੇ ਨਾਮ ਜਪਣ ਜੀ ਮਨ ਮਿਲਿਆ ਹੋਇਆ ਹੈ। ਮੇਰਾ ਪ੍ਰਭ ਰਵਿਆ ਸਰਬੇ ਠਾਈ, ਨਹੀਂ ਉਹ ਨਿਸ਼ਚਾ ਹੈ ਉਦੋਂ ਵੀ ਭਰੋਸਾ ਸੀ ਵੀ ਮੇਰਾ ਮਾਲਕ ਪਰਮੇਸ਼ੁਰ ਸਾਰੀਆਂ ਥਾਵਾਂ ਜੀ ਵਿਆਪਕ ਹੋ ਰਿਹਾ ਉਹ ਮੇਰੀ ਜ਼ਰੂਰ ਰੱਖਿਆ ਕਰੇਗਾ, ਉਹੀ ਰੱਖਿਆ ਕਹਿ ਸਾਡਾ ਰਹਾਉ ਮਨ ਹਾਟ ਮਨ ਪਾਟ। ਨਾਮਦੇਵ ਸਾਹਿਬ ਜੀ ਕਹਿੰਦੇ ਵੀ ਕੋਈ ਪੁਰਖ ਜਿਹੜਾ ਜੀਵ ਹੈ ਨਾ ਮਨ ਹੈ ਹਾਰਟ, ਉਸ ਪਰਮੇਸ਼ਰ ਨੂੰ ਇੱਕ ਹਾਰਟ ਹੱਡੀ ਵਿੱਚ ਭਾਵ ਇੱਕ ਸਰੀਰ ਦੇ ਵਿੱਚ ਹੀ ਵੱਸਦਾ ਮਨ ਹੀ ਮੰਨਦਾ ਹੈ, ਮਨ ਹੈ ਪਾਟ, ਅਤੇ ਕੋਈ ਉਹਨੂੰ ਪਾਟ ਹੁੰਦਾ ਪੱਟਣ ਸ਼ਹਿਰ, ਕੋਈ ਉਹਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਸਾਰੇ ਸ਼ਹਿਰ ਦੇ ਵਿੱਚ ਹੀ
ਵਸਦਾ ਹੋਇਆ ਮਨ ਦਾ ਹੈ, ਮਨ ਹੈ ਪਾਸਾਰੀ। ਤੇ ਕੋਈ ਮਹਾਰਾਜ ਕਹਿੰਦੇ ਸਾਰੇ ਹੀ ਪਾਸਾਰੀ ਪਸਾਰੇ ਵਿੱਚ ਮਨ ਏ ਮਨ ਰਿਹਾ, ਕਿਸੇ ਦਾ ਨੀਚਾ ਇੱਕ ਤੇ ਹੈ, ਪੀਕੇ ਜੀ ਰੱਬ ਵਸਦਾ ਹੈ ਕਿਸੇ ਸ਼ਹਿਰ ਸਰੀਰ 'ਚ, ਕਿਸੇ ਦਾ ਵਾਹਿਗੁਰੂ ਸਰੀਰ ਵਿਰੂਪੀ ਹੱਡੀ 'ਚ, ਕਿਸੇ ਦਾ ਪੂਰੇ ਸ਼ਹਿਰ 'ਚ, ਜਾਂ ਕਿਸੇ ਦਾ ਸਾਰੇ ਪਸਾਰੇ ਵਿੱਚ ਇੱਦਾਂ ਦਾ ਨਿਸ਼ਚਾ ਹੈ। ਸੋ ਇਸ ਪ੍ਰਕਾਰ ਦੇ ਨਾਲ ਦੂਸਰਾ ਭਾਵ ਇਹ ਤੁਕਾਂ ਫਿਰ ਪੜ੍ਹਦੇ ਹੋ। ਮਨ ਹਾਟ ਮਨ ਪਾਟ, ਮਨ ਦਾ ਅਰਥ ਕਰਦੇ ਵੀ ਮਨ ਦੇ ਵਿੱਚ ਹੀ, ਇੱਦਾਂ ਵੀ ਅਰਥ ਕਰਦੇ ਹਾਟ ਤੋਂ ਭਾਵ ਹੱਟੀ। ਕਹਿੰਦੇ ਮਨ ਦੇ ਵਿੱਚ ਹੀ ਹੱਟੀ ਹੈ ਪ੍ਰਭੂ ਪਰਮੇਸ਼ਰ ਦੀ, ਅਤੇ ਮਨ ਦੇ ਵਿੱਚ ਹੀ ਸ਼ਹਿਰ ਬਾਜ਼ਾਰ ਹੈ। ਜਿਵੇਂ ਹੱਟੀ ਤੋਂ ਕੁਝ ਮਿਲਦਾ ਅਤੇ ਜਿਹੜੇ ਸ਼ਹਿਰ ਵਿੱਚ ਬਾਜ਼ਾਰ ਹੋਵੇ, ਦੁਕਾਨ ਹੋਵੇ, ਉਹ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਹੱਟ ਵੀ ਮਨ ਵਿੱਚ ਹੀ ਹੈ, ਮਨ ਦੇ ਅੰਦਰ ਹੀ ਸ਼ਹਿਰ ਹੈ ਜਿੱਥੇ ਬਾਜ਼ਾਰ ਬਣਿਆ ਹੈ। ਮਨ ਹੈ ਪਾਸਾਰੀ, ਅਤੇ ਪਾਸਾਰੀ ਦਾ ਅਰਥ ਕਰਦੇ ਨੇ ਪੰਸਾਰੀ, ਭਾਵ ਕੇ ਦੁਕਾਨ ਨੂੰ ਚਲਾਉਣ ਵਾਲਾ। ਅਤੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਵੀ ਮਨ ਹੈ ਮਨ ਦੇ ਵਿੱਚ ਹੀ, ਸਾਹਿਬ ਸਤਿਗੁਰੂ ਜੀ ਕਹਿੰਦੇ ਵੀ ਪੰਸਾਰੀ ਜੋ ਵਾਹਿਗੁਰੂ ਹੈ ਉਹ ਹੱਟ ਚਲਾ ਰਿਹਾ ਹੈ, ਭਾਵ ਸਭ ਕੁਝ ਮਾਲਕ ਆਪ ਹੀ ਕਰਦਾ ਤੇ ਕਰਾਉਂਦਾ ਏ। ਮਨ ਬਸ ਨਾਨਾ ਭੇਦੀ, ਮਨ ਬਸ ਨਾਨਾ ਭੇਦੀ। ਫਿਰ ਕਹਿੰਦੇ ਵੀ ਜੋ ਮਨ ਏ ਮਨ ਦੀਆਂ ਬਸ ਹੈ ਤੋਂ ਭਾਵ ਵਾਸਨਾਵਾਂ ਨੇ, ਇਹਨਾਂ ਕਰਕੇ ਨਾਨਾ ਅਨੇਕ ਤਰ੍ਹਾਂ ਦੇ ਭੇਦੀ ਭੇਦ ਪੈ ਰਹੇ ਹਨ, ਵੱਖ ਵੱਖ ਪੈਦਾ ਹੋ ਰਹੇ ਹਨ ਜੀਵਾਂ ਦੇ ਅੰਦਰ। ਭਰਮਤ ਹੈ ਸੰਸਾਰੀ, ਇਹ ਭੇਦ ਕਰਕੇ ਹੀ ਸੰਸਾਰੀ ਜੀਵ ਭਰਮਤ ਭਰਮਦੇ ਰਹਿੰਦੇ, ਧੱਕੇ ਖਾਂਦੇ ਨੇ। ਇਹ ਤੁਕਦੇ ਵੀ ਅਰਥ ਇੱਕ ਹੋਰ ਹਨ, ਮਨ ਬਸ ਨਾਨਾ ਭੇਦੀ, ਮਨ ਮਨ ਦੇ ਵਿੱਚ ਹੀ ਇਹਦਾ ਅਰਥ ਕਰਦੇ ਇੱਦਾਂ, ਬਸ ਵਸਦਾ ਹੈ ਕੌਣ, ਨਾਨਾ ਭੇਦੀ ਜੋ ਨਾਨਾ ਤਰ੍ਹਾਂ ਦੇ ਭੇਦ ਰੂਪ ਰੰਗਾਂ ਨੂੰ ਬਣਾਉਣ ਵਾਲਾ ਪਰਮੇਸ਼ਰ ਹੈ, ਉਹ ਮਨ ਦੇ ਵਿੱਚ ਹੀ ਵਸ ਰਿਹਾ ਏ। ਪਰਮਤ ਹੈ ਸੰਸਾਰੀ, ਪਰ ਅੰਦਰ ਵਸਦੇ ਮਨ ਵਿੱਚ ਪਰਮੇਸ਼ਰ ਦਾ ਅਨੁਭਵ ਨਹੀਂ ਕਰਦੇ, ਇਸੇ ਕਰਕੇ ਸਾਰਾ ਸੰਸਾਰ ਬਾਹਰ ਹੀ ਭਰਮ ਰਿਹਾ, ਭੜਕ ਰਿਹਾ, ਧੱਕੇ ਖਾ ਰਿਹਾ ਹੈ। ਗੁਰ ਕੈ ਸ਼ਬਦ ਇਹੋ ਮਨ ਰਾਤਾ, ਗੁਰ ਕੈ ਸ਼ਬਦ ਗੁਰਾਂ ਦੇ ਉਪਦੇਸ਼ ਵਿੱਚ ਇਹੋ ਮਨ ਰਾਤਾ, ਮੈਂ ਜਨ ਸੇਵਕ ਦਾ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਮਨ ਰੰਗਿਆ ਗਿਆ ਏ। ਦੁਬਦਾ ਸਹਿਜ ਸਮਾਣੀ, ਦੁਬਦਾ ਸਹਿਜ, ਹਾਹਾ ਪੂਰਾ ਬੋਲਣਾ, ਦੁਬਦਾ ਸਹਿਜ ਸਮਾਣੀ, ਤੇ ਦੁਬਦਾ ਦਵੈਦ ਭਾਵ ਵਾਲੀ ਜਿਹੜੀ ਬਿਰਤੀ ਹੋਰ ਪਾਸੇ ਦੀ ਮੁਹੱਬਤ ਵਾਲਾ ਖਿਆਲ ਹੈ ਪਦਾਰਥਾਂ ਨਾਲ ਵਿਕਾਰਾਂ ਨਾਲ, ਉਹ ਜਿਹੜੀ ਬਿਰਤੀ ਆ ਸਹਿਜ ਸੁਭਾਵਕ ਸੁਧੇ ਸਿਧੀ ਸਮਾਣੀ ਸਮਾ ਗਈ, ਪਾਪ ਕੇ ਖਤਮ ਹੋ ਗਈ ਹੈ ਹੁਣ। ਸਭੋ ਹੁਕਮ ਹੁਕਮ ਹੈ ਆਪੇ, 1351 ਅੰਗ ਤੇ ਭਗਤ ਸਾਹਿਬ ਜੀ ਕਹਿੰਦੇ ਵੀ ਐਸਾ ਭਰੋਸਾ ਕੀਤਾ ਹੈ ਅਸੀਂ ਵੀ ਸਭੋ ਹੁਕਮ ਹੁਕਮ ਹੈ ਆਪੇ, ਵੀ ਸਭੋ ਸਾਰਿਆਂ ਜੀ ਹੁਕਮ ਕਰਨ ਵਾਲਾ ਪਰਮੇਸ਼ਰ ਤੇ ਹੁਕਮ ਨੂੰ ਮੰਨਣ ਵਾਲਾ ਆਪ ਹੀ ਹੈ, ਭਾਵ ਹੁਕਮ ਵੀ ਉਹ ਸਾਰਿਆਂ ਦੇ ਅੰਦਰ ਬੈਠਾ ਆਪ ਕਰ ਰਿਹਾ, ਤੇ ਹੁਕਮ ਨੂੰ ਮੰਨਣ ਵਾਲਾ ਵੀ ਗੁਰਮੁਖ ਪਿਆਰਾ ਆਪ ਹੀ ਹੈ। ਨਿਰਭਉ ਸਮਤ ਵਿਚਾਰੀ, ਨਿਰਭਉ ਸਮਤ ਵਿਚਾਰੀ, ਐਵੇਂ ਸਮਤ ਪੋਲਾ ਉਚਾਰਨਾ, ਇਹਨੂੰ ਸਮਤ ਨਹੀਂ ਕਹਿਣਾ ਜਾਂ ਸਮਤ ਬਹੁਤਾ ਖਿੱਚ ਕੇ ਵੀ ਨਹੀਂ ਕਹਿਣਾ, ਨਿਰਭਉ ਸਮਤ ਵਿਚਾਰੀ। ਸਮਤ ਹੁੰਦਾ ਵੀ ਸਮਾਨ ਬਰਾਬਰ,
ਸਾਹਿਬ ਕਹਿੰਦੇ ਅਸੀਂ ਸਮਤ ਸਮਾਨ ਦ੍ਰਿਸ਼ਟੀ ਵਿਚਾਰੀ ਵਿਚਾਰ ਕੇ ਅਸੀਂ ਵੀ ਹੁਕਮ ਵੀ ਮਾਲਕ ਕਰਦਾ ਹੈ, ਮਨ ਵੀ ਉਹ ਆਪ ਰਿਹਾ ਹੈ, ਨਿਰਭਉ ਭੈ ਤੋਂ ਰਹਿਤ ਸਰੂਪ ਹੀ ਹੋ ਗਏ ਹਾਂ, ਵਾਹਿਗੁਰੂ ਵਿੱਚ ਹੀ ਸਾਡਾ ਵਾਸਾ ਹੋ ਗਿਆ ਹੈ। ਜੋ ਜਨ ਜਾਣ ਭਜਹੇ ਪੁਰਖੋਤਮ, ਪੱਪੇ ਨੂੰ ਪੁਰਖੋਤਮ, ਜੋ ਜਨ ਜਾਣ ਭਜਹੇ ਪੁਰਖੋਤਮ, ਪੁਰਖ ਉੱਤਮ, ਦੋ ਸ਼ਬਦਾਂ ਦਾ ਮੇਲ ਹੈ ਵੀ ਜੋ ਜਨ, ਜਿਹੜੇ ਜਨ ਪੁਰਖ ਵਾਹਿਗੁਰੂ ਨੂੰ ਪੁਰਖ ਪਰ ਪੁਰਖੋਤਮ ਉੱਤਮ ਪੁਰਖ ਜਾਣ ਕਰਕੇ ਵੀ ਵਿਆਪਕ ਹੈ ਉਹ ਮਾਲਕ, ਸਭ ਤੋਂ ਉੱਤਮ ਜਾਣ ਕੇ ਸਮਝ ਕੇ ਭਜਹਿ, ਇਹ ਪੋਲਾ ਉਚਾਰਨ ਹੈ, ਭਜੇ ਭਜਨ ਕਰਦੇ ਜੋ ਸਿਮਰਨ ਕਰਦੇ ਹਨ ਮਾਲਕ ਦਾ। ਤਾਚੀ ਅਵਗਤ ਬਾਣੀ, ਹਾਂ ਤਾਚੀ ਪਾਠ ਇਕੱਠਾ ਆਵੇ ਵੱਖ ਵੱਖ ਆਵੇ ਉਚਾਰਨ ਐਵੇਂ ਕਰਨਾ, ਤਾਚੀ ਅਵਗਤ ਬਾਣੀ। ਮਹਾਰਾਜ ਸਾਹਿਬ ਕਹਿੰਦੇ ਤਾਂ ਉਹਨਾਂ ਚੀਜ਼ ਦਾ ਅਰਥ ਹੈ ਦੀ, ਉਹਨਾਂ ਦੀ ਨਾ ਜਿਹੜੀ ਬਾਣੀ ਹੈ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਵਿਆਪਕ ਜਾਣ ਕੇ, ਉਹ ਅਵਗਤ ਹਰੀ ਦੀ ਪ੍ਰਾਪਤੀ ਕਰਾਉਣ ਵਾਲੀ ਬਾਣੀ ਹੁੰਦੀ ਹੈ, ਭਾਵ ਕਿ ਉਹਨਾਂ ਦੀ ਬੋਲ ਬਾਣੀ ਜੋ ਹੈ, ਉਹਨਾਂ ਦੇ ਜੋ ਬਚਨ ਹਨ, ਨਾਸ਼ ਰਹਿਤ ਵਾਹਿਗੁਰੂ, ਸਰੂਪ ਰਹਿਤ, ਵਿਅਕਤੀ ਰਹਿਤ ਵਾਹਿਗੁਰੂ ਦੀ ਪ੍ਰਾਪਤੀ ਕਰਾਉਣ ਵਾਲੀ ਹੋ ਜਾਂਦੀ ਹੈ। ਨਾਮਾ ਕਹਿ ਜਗ ਜੀਵਨ ਪਾਇਆ, ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਵੀ ਅਸੀਂ ਨਾ ਜੋ ਜਗਤ ਦਾ ਜੀਵਨ ਰੂਪ ਪਰਮੇਸ਼ਰ ਹੈ, ਉਹਨੂੰ ਪਾਉਣਾ ਕੀਤਾ ਹੈ, ਪ੍ਰਾਪਤ ਕਰ ਲਿਆ, ਕਿੱਥੋਂ ਪਾਇਆ ਏ। ਹਿਰਦੈ ਲੱਖ ਵਿਡਾਣੀ, ਅਲੱਖ ਹਿਰਦੈ ਅਲੱਖ ਵਿਡਾਣੀ, ਹਿਰਦੈ ਅਲੱਖ ਵਿਡਾਣੀ, ਅਲੱਖ ਪਾਠ ਹੈ, ਅੱਗੇ ਵੀ ਪਿੱਛੇ ਆ ਚੁੱਕਾ ਏ, ਇਹ ਸੰਗਤ ਜੀ ਧਿਆਨ ਰੱਖਣਾ, ਅਲੱਖ ਹੀ ਉਚਾਰਨ ਕਰਨਾ, ਹਿਰਦੈ ਅਲੱਖ ਵਿਡਾਣੀ। ਜੇ ਭਗਤ ਨਾਮਦੇਵ ਜੀ ਕਹਿੰਦੇ ਵੀ ਉਹ ਅਲੱਖ ਹੈ, ਉਹਦਾ ਅਸ਼ੁੱਧ ਮਨ ਕਰਕੇ ਲਿਖਿਆ ਨਹੀਂ ਜਾਂਦਾ, ਪਰ ਉਹ ਬੈਡਾਣੀ ਜਿਹੜਾ ਅਚਰਜ ਕੌਤਕਾਂ ਨੂੰ ਕਰਨ ਵਾਲਾ ਜਗ ਜੀਵਨ ਪਰਮੇਸ਼ਰ ਹੈ, ਉਹਨੂੰ ਹਿਰਦੈ ਦੇ ਵਿੱਚੋਂ ਹੀ ਪਾ ਲਿਆ ਹੈ ਅਸਾਂ ਨੇ। ਪ੍ਰਭਾਤੀ ਆਦ ਜੁਗਾਦ, ਜੁਗਾਦ ਜੁਗੋ ਜੁਗ। ਸਵਾਲ ਕੀਤਾ ਵੀ ਵਾਹਿਗੁਰੂ ਦਾ ਅੰਤ ਵੀ ਭਗਤ ਸਾਹਿਬ ਜੀ ਕਿਸੇ ਨੇ ਪਾਇਆ, ਤਾਂ ਕਹਿੰਦੇ ਨੇ ਆਦ ਜੋ ਪਰਮੇਸ਼ਰ ਆਦ ਜੁਗਾਦ ਹੈ, ਜੋ ਵਾਹਿਗੁਰੂ ਸਾਰਿਆਂ ਦਾ ਆਦ ਹੈ, ਅਤੇ ਜੁਗਾਦ ਤੋਂ ਭਾਵ ਹੈ ਵੀ ਸਦਾ ਸਦਾ, ਜੁਗਾਦ ਅਤੇ ਯੁੱਗਾਂ ਦੇ ਆਦਿ ਮੁੱਢ ਵਿੱਚ ਜਦੋਂ ਯੁੱਗਾਂ ਦੀ ਰਚਨਾ ਹੋਈ, ਅਤੇ ਯੁੱਗੋ ਯੁੱਗ, ਅਤੇ ਸਭ ਯੁੱਗਾਂ ਹੀ ਯੁੱਗਾਂ ਦੇ ਵਿੱਚ ਜੋ ਮਾਲਕ ਵਿਆਪਕ ਹੈ। ਤਾਕਾ ਅੰਤ ਨਾ ਜਾਣਿਆ, ਇਹ ਭਾਈ ਉਸ ਵਾਹਿਗੁਰੂ ਦਾ ਅੰਤ ਅਖੀਰ ਕਿਸੇ ਨੇ ਵੀ ਜਾਣਿਆ, ਜਾਣਨਾ ਨਹੀਂ ਕੀਤਾ। ਵੱਡੇ ਵੱਡੇ ਹੋ ਗਏ ਨੇ ਮਾਇਆਧਾਰੀ ਅਤੇ ਵਿਦਵਾਨ, ਨਾ ਵਿਦਵਾਨਾਂ ਨੇ ਨਾ ਮਾਇਆਧਾਰੀਆਂ ਨੇ, ਨਾ ਕਿਸੇ ਨੇ ਵਾਹਿਗੁਰੂ ਦਾ ਅਖੀਰ ਨਹੀਂ ਜਾਣ ਸਕੇ। ਸਰਬ ਨਿਰੰਤਰ ਰਾਮ ਰਹਿਆ ਰਵ, ਉਹ ਰਾਮ ਵਾਹਿਗੁਰੂ ਸਰਬ ਸਾਰੇ ਹੀ ਥਾਵਾਂ ਦੇ ਅੰਦਰ ਨਿਰੰਤਰ ਹੁੰਦਾ ਵੀ ਬਿਨਾਂ ਕਿਸੇ ਅੰਤਰੇ ਤੋਂ, ਲਗਾਤਾਰ ਇੱਕ ਰਸ ਵਿਆਪਕ ਹੋ ਰਿਹਾ ਹੈ। ਐਸਾ ਰੂਪ ਬਖਾਨਿਆ, ਐਸਾ ਅਜਿਹਾ ਵਾਹਿਗੁਰੂ ਦਾ ਰੂਪ ਧਰਮ ਗ੍ਰੰਥਾਂ ਨੇ, ਮਹਾਂਪੁਰਖ ਜਨਾਂ ਨੇ ਬਖਾਨਿਆ, ਕਥਨ ਕੀਤਾ ਹੈ ਵੀ ਉਹ ਵਿਆਪਕ ਸਰੂਪ ਹੈ, ਪਰਮੇਸ਼ਰ ਜੀ ਦਾ ਅੰਤ ਨਹੀਂ ਕੋਈ ਪਾ ਸਕਦਾ। ਗੋਬਿੰਦ ਗਾਜੈ ਸ਼ਬਦ ਬਾਜੈ, ਗੋਬਿੰਦ ਟਿੱਪੀ ਰਹਿਤ, ਗੋਬਿੰਦ ਗਾਜੈ ਸ਼ਬਦ ਬਾਜੈ, ਜਿਹਦੇ ਹਿਰਦੇ ਦੇ ਅੰਦਰ ਗੁਰੂ ਦਾ ਸ਼ਬਦ ਬਾਜੈ, ਵੱਜ ਆਉਂਦਾ ਨਾ ਭਾਵ ਗੁਰੂ ਦੇ ਸ਼ਬਦ ਦਾ ਉਚਾਰਨ ਹੁੰਦਾ ਹੈ, ਗੁਰਬਾਣੀ ਦੇ ਬੋਲ ਬੋਲੇ ਜਾਂਦੇ ਨੇ,
ਗੋਬਿੰਦ ਗੱਜ ਹੈ, ਉਹਦੇ ਹਿਰਦੇ ਦੇ ਅੰਦਰ ਗੋਬਿੰਦ ਪਰਮਾਤਮਾ ਗੱਜੇ ਗੱਜ ਪ੍ਰਗਟ ਹੋ ਆਉਂਦਾ ਹੈ, ਸਾਖਿਆਤ ਹੋ ਜਾਂਦਾ ਏ। ਆਨੰਦ ਆਨੰਦ ਰੂਪੀ ਮੇਰੋ ਰਾਮਈਆ, ਆਨੰਦ ਰੂਪੀ ਮੇਰੋ ਰਾਮਈਆ, ਉਹ ਮੇਰੋ ਮਹਾਰਾਜ ਕਹਿੰਦੇ ਜੋ ਮੇਰਾ ਰਾਮਈਆ ਸੁੰਦਰ ਸਰੂਪ ਰਮਿਆ ਹੋਇਆ ਪ੍ਰਭੂ ਹੈ, ਉਹ ਆਨੰਦ ਆਨੰਦ ਸਰੂਪ ਹੈ, ਸਦਾ ਖੇੜੇ ਵਿੱਚ ਰਹਿੰਦਾ ਏ। ਰਹਾਉ ਬਾਵਨ ਬੀਖੂ ਬਾਨੈ ਬੀਖੇ, ਉਹ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹ ਪ੍ਰਭੂ ਜਿਹੜਾ ਹੈ ਉਹ ਗੁਰੂ ਸਰੂਪ ਪ੍ਰਭੂ ਕਿਹੋ ਜਿਹਾ ਹੈ, ਤਾਂ ਕਹਿੰਦੇ ਨੇ ਬਾਵਨ ਬੀਖੂ, ਜਿਵੇਂ ਕਹਿੰਦੇ ਵੀ ਬਾਨੈ ਬੀਖੇ, ਬਾਨੈ ਤੋਂ ਭਾਵ ਵਣ ਜੰਗਲ, ਬੀਖੇ ਵਿੱਚ, ਵੀ ਜਿਵੇਂ ਜੰਗਲ ਦੇ ਵਿੱਚ ਬਾਵਨ ਬੀਖੂ, ਬਾਵਨ ਚੰਦਨ ਦੇ ਬੀਖੂ ਬ੍ਰਿਸ਼ ਦੀ ਬਾਸ ਤੇ ਸੁਖ ਲਾਗਲਾ, ਉਹਦੀ ਬਾਸ ਸੁਗੰਧੀ ਆਉਣ ਤੋਂ 18 ਭਾਰ ਬਨਸਪਤੀ ਕੋਈ ਵੀ ਹੋਵੇ ਉਹਨਾਂ ਸਾਰਿਆਂ ਨੂੰ ਸੁਖ ਲਾਗਲਾ ਲੱਗਦਾ, ਭਾਵ ਚੰਦਨ ਵਾਂਗ ਹੀ ਉਹਨਾਂ ਦੇ ਅੰਦਰ ਖੁਸ਼ਬੂ ਆਉਣ ਲੱਗ ਪੈਂਦੀ, ਇਸੇ ਪ੍ਰਕਾਰ ਬਾਵਨ ਬਾਵਨ ਬੀਖੂ ਬਾਨੈ ਬੀਖੇ। ਪਾਤਸ਼ਾਹ ਜੀ ਕਹਿੰਦੇ ਸੰਸਾਰ ਜੋ ਸਤਸੰਗਤ ਰੂਪੀ ਬਾਨੇ ਵਣ ਹੈ ਨਾ, ਇਹਦੇ ਬੀਖੇ ਵਿੱਚ ਬਾਵਨ ਬੀਖੂ, ਬਾਵਨ ਚੰਦਨ ਦੇ ਬ੍ਰਿਸ਼ ਦੀ ਨਹੀਂ ਆਈ, ਜੋ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਬੀਖੂ ਬ੍ਰਿਸ਼ ਦੀ ਨਹੀਂ ਆਈ, ਸੁਸ਼ੋਭਿਤ ਹੋ ਰਹੇ ਵਸ ਰਹੇ ਹਨ, ਬਾਸ ਤੇ ਸੁਖ ਲਾਗਲਾ, ਉਹਨਾਂ ਮਹਾਰਾਜ ਦੇ ਕੋਲੋਂ ਭਗਤੀ ਦੀ ਸੁਗੰਧੀ ਆ ਰਹੀ ਹੈ, ਜਿਨ੍ਹਾਂ ਦੀ ਭਗਤੀ ਰੂਪੀ ਸੁਗੰਧੀ ਪ੍ਰਾਪਤ ਹੋਣ ਕਰਕੇ ਸੁਖ ਲਾਗਲਾ ਸਾਰੇ ਜੀਵਾਂ ਨੂੰ ਬ੍ਰਹਮਾਨੰਦ ਰੂਪੀ ਸੁਖ ਪ੍ਰਾਪਤ ਹੋ ਰਿਹਾ ਹੁੰਦਾ ਹੈ। ਸਰਬੇ ਆਦ ਪਰਮਲਾਦ, ਜਿਵੇਂ ਮਹਾਰਾਜ ਸਾਹਿਬ ਕਹਿੰਦੇ ਤਿਵੇਂ ਨਾ ਸਰਬੇ ਆਦ ਪਰਮਲਾਦ, ਵੀ ਸਰਵੇ ਸਾਰੇ ਹੀ ਜਿੰਨੇ ਜੀਵ ਨੇ ਜਗਤ ਹੈ ਇਹਨਾਂ ਦਾ ਆਦਿ ਮੁੱਢ ਰੂਪ ਹੈ ਉਹ ਵਾਹਿਗੁਰੂ, ਤੇ ਪਰਮਲਾਦ ਪਰਮ ਸਾਧ ਸੰਗਤ ਚੰਦਨ ਨੂੰ ਕਹਿੰਦੇ ਨੇ ਵੀ ਪਰਮਲਾਦ, ਵੀ ਚੰਦਨ ਆਦਿਕ ਦਾ ਵੀ ਉਹ ਆਦਿ ਰੂਪ ਹੈ, ਤੇ ਚੰਦਨ ਤੋਂ ਭਾਵ ਹੈ ਇੱਥੇ ਸੰਤ ਜਨ, ਜਿਹੜੇ ਸੰਤ ਜਨ ਭਗਤੀ ਦੀਆਂ ਸੁਗੰਧੀਆਂ ਖਿਲਾਰਨ ਵਾਲੇ ਚੰਦਨ ਦੀ ਨਿਆਈ ਹਨ, ਉਹ ਸਾਰਿਆਂ ਦਾ ਆਦ ਹੈ ਪਰਮਲਾਦ, ਚੰਦਨ ਵਰਗੇ ਸੰਤ ਮਹਾਂਪੁਰਖਾਂ ਦਾ ਵੀ ਉਹ ਮੁੱਢ ਰੂਪ ਹੈ। ਕਾਸ਼ਟ ਚੰਦਨ ਭੈਲਾ, ਕਾਸ਼ਟ ਚੰਦਨ ਭੈਲਾ, ਇਹ ਭੈਲਾ ਉਚਾਰਨ ਇਕੱਠਾ ਕਰਕੇ ਈੜੀ ਨਾ ਵਿੱਚੋਂ ਸਾਧ ਸੰਗਤ ਖਾਧੀ ਜਾਵੇ, ਇਹਦਾ ਅਭਿਆਸ ਕਰਨਾ ਪੈਂਦਾ ਹੈ। ਭੈ ਪੱਬੇ ਨੂੰ ਦਲਾਵਾਂ, ਭੈ ਈੜੀ ਨੂੰ ਸਿਹਾਰੀ, ਇਹ ਤੇ ਲਾ ਭੈ ਲਾ, ਈੜੀ ਦਾ ਉਚਾਰਨ ਹੋਵੇ ਭੈ ਲਾ, ਕਾਸ਼ਟ ਚੰਦਨ ਭੈ ਲਾ, ਕਾਸ਼ਟ ਲੱਕੜ ਦੀ ਨਿਆਈ ਮਹਾਰਾਜ ਕਹਿੰਦੇ ਸਤਸੰਗੀ ਲੋਕ ਜਿਹੜੇ ਨੇ ਸੰਤ ਜਨਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਸੰਗਤ ਨਾਲ ਮਿਲ ਕੇ ਉਹ ਵੀ ਚੰਦਨ ਹੀ ਭੈ ਲਾ ਹੋ ਜਾਂਦੇ ਨੇ, ਚੰਦਨ ਦੇ ਵਾਂਗ ਹੀ, ਜਿਵੇਂ ਚੰਦਨ ਲਾਗੇ ਹੋਰ ਬ੍ਰਿਸ਼ ਨਿੰਮ ਆਦਿਕ ਵੀ ਚੰਦਨ ਬਣ ਜਾਂਦੇ ਨੇ, ਸੁਗੰਧੀ ਦਿੰਦੇ ਹਨ, ਐਵੇਂ ਉਹ ਮਹਾਂਪੁਰਖਾਂ ਦੀ ਸੰਗਤ ਵਿੱਚ ਆਏ ਗੁਰਾਂ ਦੀ, ਕਾਸ਼ਟ ਲੱਕੜ ਵਰਗੇ ਉਹ ਚੰਦਨ ਦੀ ਸੁਗੰਧੀ ਭਗਤੀ ਦੀ ਮਹਿਕ ਵਾਲੇ ਹੋ ਜਾਂਦੇ, ਭਾਵ ਭਗਤੀ ਕਰਨ ਲੱਗ ਪੈਂਦੇ ਹਨ। ਤੁਮ ਚੇ ਪਾਰਸ ਹਮ ਚੇ ਲੋਹਾ, ਤੁਮ ਚੇ ਪਾਰਸੇ ਮਹਾਰਾਜ, ਤੁਮ ਤੁਸੀਂ ਚੇ ਦਾ ਅਰਥ ਹੈ ਤਾਂ, ਤੁਸੀਂ ਤਾਂ ਮਹਾਰਾਜ ਪਾਰਸ ਦੀ ਨਿਆਈ ਹੋ, ਜਿਵੇਂ ਪਾਰਸ ਦੀ ਵੱਟੀ ਪੱਥਰ ਹੈ,
ਹਮ ਚੇ ਲੋਹਾ, ਹਮ ਅਸੀਂ ਤਾਂ ਮਹਾਰਾਜ ਲੋਹੇ ਦੀ ਨਿਆਈ ਹੈ, ਜਿਵੇਂ ਮਨੂਰ ਲੋਹਾ ਹੁੰਦਾ ਏ। ਸੰਗੇ ਕੰਚਨ ਪੈਲਾ, ਸੰਗੇ ਕੰਚਨ ਪੈਲਾ, ਪਰ ਤੇਰੇ ਸੰਗੇ ਨਾਲ ਮਿਲ ਕੇ ਕੰਚਨ ਸੋਨੇ ਦਾ ਰੂਪ ਸ਼ੁੱਧ ਸਰੂਪ ਵੀ ਪੈਲਾ ਹੋ ਗਏ ਹਾਂ। ਜਿਵੇਂ ਪਾਰਸ ਦੀ ਵੱਟੀ ਨਾਲ ਲੋਹਾ ਛੋਹ ਕੇ ਸੋਨਾ ਬਣ ਜਾਂਦਾ ਹੈ, ਐਵੇਂ ਤੂੰ ਪਾਰਸ, ਅਸੀਂ ਲੋਹੇ ਹਾਂ, ਤੇਰੇ ਨਾਲ ਛੂ ਕੇ ਤੇਰੀ ਭਗਤੀ ਕਰਕੇ ਸੋਨੇ ਦੀ ਨਿਆਈ ਸ਼ੁੱਧ ਸਰੂਪ ਤੇਰਾ ਹੀ ਰੂਪ ਹੋ ਗਏ ਹਾਂ। ਦਇਆਲ ਰਤਨ ਲਾਲ, ਹੇ ਮਹਾਰਾਜ ਤੂੰ ਦਇਆਲ, ਦਇਆ ਦਾ ਆਲੇ ਘਰ ਹੈ, ਫਿਰ ਰਤਨ ਮਾਣਕ ਤੇ ਲਾਲ, ਲਾਲਾਂ ਦੇ ਵੱਤ ਅਮੋਲਕ ਹੈ। ਨਾਮਾ ਸਾਚ ਸਮਾਇਲਾ, ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਮੈਂ ਤੇਰੇ ਸੱਚ ਸਰੂਪ ਵਿੱਚ ਹੀ ਸਮਾਇਲਾ, ਸਮਾਇਆ ਹੋਇਆ ਮਿਲ ਗਿਆ ਹਾਂ। ਪ੍ਰਭਾਤੀ ਅਕੁਲ ਪੁਰਖ ਇੱਕ ਚਲਤ ਉਪਾਇਆ, ਪ੍ਰਭਾਤੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਵੀ ਅਕੁਲ, ਕੁਲ ਹੁੰਦਾ ਇਹ ਖਾਨਦਾਨ ਤੇ ਅਕੁਲ ਹੁੰਦਾ ਖਾਨਦਾਨ ਤੋਂ ਰਹਿਤ, ਜੋ ਕੁਲਾਂ ਤੋਂ ਖਾਨਦਾਨ ਤੋਂ ਰਹਿਤ ਪੁਰਖ ਪਰਿਪੂਰਨ ਪਰਮਾਤਮਾ ਹੈ, ਇੱਕ ਚਲਿਤ ਉਹ ਪਾਇਆ ਉਹਨੇ ਸੰਸਾਰ, ਇੱਕ ਚਲਿਤ ਚਲਿੱਤਰ, ਇੱਕ ਕੌਤਕ ਪੈਦਾ ਕੀਤਾ, ਆਪਣਾ ਖੇਡ ਹੈ ਉਹ ਮਾਲਕ ਦੀ। ਘਟ ਘਟ ਅੰਤਰ ਬ੍ਰਹਮ ਲੁਕਾਇਆ, ਘਟ ਘਟ ਅੰਤਰ ਸਾਰੇ ਘਟਾਂ ਘਟਾਂ ਦੇ ਵਿੱਚ ਉਹ ਬ੍ਰਹਮ ਪਰਮੇਸ਼ਰ ਨੇ ਆਪਣਾ ਆਪ ਲੁਕਾਇਆ, ਗੁਪਤ ਰੱਖਿਆ ਹੋਇਆ ਹੈ, ਸਾਰਿਆਂ ਦੇ ਵਿੱਚ ਆਪ ਲੁਕ ਕੇ ਬੈਠਾ ਹੋਇਆ ਏ। ਜੀਵ ਕੀ ਜੋਤ ਨਾ ਜਾਣੈ ਕੋਈ, ਜੀਵ ਕੀ ਜੋਤ, ਸਾਰੇ ਜੀਵਾਂ ਵਿੱਚ ਜੋ ਵਸਦੀ ਹੋਈ ਜੋਤੀ ਹੈ ਪਰਮੇਸ਼ਰ ਦੀ, ਉਸ ਜੋਤੀ ਨੂੰ ਕੋਈ ਨਹੀਂ ਜਾਣੇ ਜਾਣਦਾ। ਜੀਵ ਕੀ ਜੋਤ, ਜੀਵਾਂ ਦੇ ਵਿੱਚ ਵਸਦੀ ਜੋ ਮਾਲਕ ਦੀ ਜੋਤ ਹੈ, ਨਾ ਜਾਣੈ ਕੋਈ, ਕੋਈ ਉਸ ਜੋਤ ਨੂੰ ਜਾਣਦਾ ਨਹੀਂ, ਅਨੁਭਵ ਨਹੀਂ ਕਰਦਾ। ਤੈ ਮੈਂ ਕੀਆ ਸੋ ਮਾਲੂਮ ਹੋਈ, ਪਰ ਤੈ ਮੈਂ ਕੀਆ, ਤੈ ਦਾ ਅਰਥ ਇਸੇ ਅਤੇ ਅਤੇ ਕਹਿੰਦੇ ਅਸੀਂ ਤਾਂ ਮਾਲਕ ਦੀ ਜੋਤ ਨੂੰ ਨਹੀਂ ਭਾਵੇਂ ਜਾਣਦੇ, ਪਰ ਜੋ ਕੁਝ ਮੈਂ ਕੀਤਾ ਨਾ, ਜੋ ਅਸੀਂ ਜੀਵਾਂ ਨੇ ਕਰਮ ਕੀਤੇ ਹਨ, ਉਹ ਸਾਰਾ ਕੁਝ ਹੀ ਸੋ ਮਾਲੂਮ ਹੋਈ, ਉਹ ਸਭ ਕੁਝ ਉਸ ਜੋਤੀ ਸਰੂਪ ਪਰਮੇਸ਼ਰ ਨੂੰ ਮਾਲੂਮ ਹੋਈ ਹੁੰਦਾ ਹੈ, ਭਾਵ ਮਾਲਕ ਤਾਂ ਸਭ ਕੁਝ ਜਾਣਦਾ ਹੈ, ਜੀਵਾਂ 'ਚ ਵਸਦੀ ਹੋਈ ਜੋਤ ਨੂੰ ਅਸੀਂ ਨਹੀਂ ਜਾਣਦੇ ਅਨੁਭਵ ਕਰਦੇ, ਪਰ ਜੋ ਚੰਗਾ ਮੰਦਾ ਕਰਮ ਅਸੀਂ ਕਰਦੇ ਹਾਂ ਉਹ ਵਾਹਿਗੁਰੂ ਸਭ ਕੁਝ ਜਾਣਨ ਵਾਲਾ ਏ। ਰਹਾਉ ਜੋ ਪ੍ਰਗਾਸਿਆ ਮਾਟੀ ਕੁੰਭੇਓ, ਜੋ ਪ੍ਰਗਾਸਿਆ, ਜਿਵੇਂ ਮਹਾਰਾਜ ਕਹਿੰਦੇ ਮਾਟੀ ਕੁੰਭੇਓ, ਮਾਟੀ ਮਿੱਟੀ ਤੋਂ ਕੁੰਭੇਓ ਘੜਾ ਬਣਦਾ ਹੈ ਨਾ, ਕੁੰਭ ਕਹਿੰਦੇ ਨੇ ਘੜੇ ਨੂੰ, ਵੀ ਜਿਵੇਂ ਮਿੱਟੀ ਤੋਂ ਘੜਾ ਪ੍ਰਗਾਸਿਆ ਪ੍ਰਕਾਸ਼ ਦਾ ਬਣਦਾ ਹੈ, ਪਰ ਹੁੰਦਾ ਤੇ ਉਹ ਮਿੱਟੀ ਦਾ ਰੂਪ ਹੀ ਹੈ ਨਾ ਬਣਿਆ, ਜਿਹੜਾ ਘੜਾ ਕਦੇ ਉਹ ਮਿੱਟੀ ਤੋਂ ਵੱਖ ਤਾਂ ਨਹੀਂ ਹੋ ਜਾਂਦਾ। ਆਪ ਹੀ ਕਰਤਾ ਬੀਠਲ ਦੇਵੋ, ਇਸੇ ਤਰ੍ਹਾਂ ਜੋ ਬੀਠਲ, ਬੀਠਲ ਦਾ ਅਰਥ ਹੈ ਉਤਪਤੀ, ਪਾਲਣਾ ਤੇ ਲੈਤਾ ਕਰਨ ਵਾਲਾ ਜੋ ਦੇਵ ਪ੍ਰਕਾਸ਼ ਰੂਪ ਵਾਹਿਗੁਰੂ ਹੈ, ਆਪ ਹੀ ਕਰਤਾ, ਆਪ ਹੀ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ, ਤੇ ਸਾਰਾ ਜਗਤ ਉਸੇ ਦਾ ਹੀ ਰੂਪ ਹੈ, ਉਹਨੇ ਪੈਦਾ ਕੀਤਾ ਤੂੰ ਵੱਖਰਾ ਤਾਂ ਨਹੀਂ ਹੋ ਜਾਂਦਾ, ਜਿਵੇਂ ਮਿੱਟੀ ਤੋਂ ਘੜਾ ਬਣਿਆ ਹੈ ਤਾਂ ਮਿੱਟੀ ਰੂਪ, ਐਵੇਂ ਵਾਹਿਗੁਰੂ ਤੋਂ ਜਗਤ ਬਣਿਆ ਹੈ, ਸਾਰਾ ਕੁਝ ਵਾਹਿਗੁਰੂ ਤੋਂ ਵੱਖ ਨਹੀਂ, ਉਸੇ ਦਾ ਰੂਪ ਹੈ। ਜੀਵ ਕਾ ਬੰਧਨ ਕਰਮ ਵਿਆਪੈ, ਜੇ ਕੋਈ ਪੁੱਛੇ ਮਹਾਰਾਜ ਰੱਬ ਦਾ ਹੀ ਹੈ ਸਾਰਾ ਕੁਝ ਸਰੂਪ ਸੰਸਾਰ, ਤਾਂ ਦੁਖੀ ਕਿਉਂ ਹੁੰਦੇ ਲੋਕ,
ਤਾਂ ਉਹਦਾ ਕਾਰਨ ਕਹਿੰਦੇ ਵੀ ਜੀਅ ਕਾ ਬੰਧਨ ਕਰਮ ਵਿਆਪੈ, ਵੀ ਜੀਵਾਂ ਦਾ ਕੀਤਾ ਹੋਇਆ ਕਰਮ ਜਿਹੜਾ ਹੈ ਨਾ ਚੰਗਾ ਮਾੜਾ, ਉਹੀ ਉਹਨਾਂ ਦੇ ਲਈ ਬੰਧਨ, ਬੰਨਣ ਰੂਪ ਹੋ ਕੇ, ਜੰਜੀਰਾਂ ਹੋ ਕੇ, ਫਾਹੇ ਰੂਪ ਹੋ ਕੇ ਵਿਆਪਦਾ, ਦੁੱਖ ਦਿੰਦਾ ਏ। ਪਾਪ ਸਾਡੀਆਂ ਆਪਣੀਆਂ ਕਰਤੂਤਾਂ ਹੀ ਸਾਨੂੰ ਦੁਖੀ ਕਰਦੀਆਂ ਹਨ। ਜੋ ਕਿਛ ਕੀਆ ਸੋ ਆਪੈ ਆਪੈ। ਤੇ ਮਹਾਂਪੁਰਖ ਬੰਧਨ ਤੋਂ ਰਹਿਤ ਕਿਉਂ ਹੁੰਦੇ ਨੇ? ਉਹ ਜਾਣਦੇ ਨੇ ਵੀ ਜੋ ਕਿਛ ਕੀਆ, ਵੀ ਜਿਹੜਾ ਕੁਝ ਵੀ ਰੱਬ ਨੇ ਬਣਾਉਣਾ ਕੀਤਾ ਹੈ ਜਾਂ ਕਰਮ ਕੀਤਾ ਏ, ਕੌਤਕ ਕੀਤਾ ਏ, ਸੋ ਆਪੈ ਆਪੈ, ਵੀ ਉਹ ਆਪੇ ਆਪੇ ਤੋਂ ਭਾਵ ਆਪਣਾ ਆਪ ਰੂਪ ਹੀ ਹੈ, ਆਪ ਹੀ ਕੀਤਾ ਹੈ ਸਭ ਕੁਝ ਮਾਲਕ ਨੇ। ਪ੍ਰਣਵਤ ਨਾਮ ਦਿਓ ਇਹੋ ਜੀਓ ਚਿਤ ਵੈ ਸੋ ਲਹੈ। ਭਗਤ ਨਾਮਦੇਵ ਜੀ ਪ੍ਰਣਵਤ ਬੇਨਤੀ ਪੂਰਵਕ ਉਚਾਰਨ ਕਰਦੇ ਨੇ, ਇਹੋ ਜੀਓ ਚਿਤ ਵੈ ਸੋ ਲਹੈ, ਵੀ ਇਹ ਜੀਓ ਜੀਵ ਜੋ ਵੀ ਚਿਤਵਨੀ ਚਿਤਵਦਾ ਹੈ, ਉਹੋ ਜਿਹੀ ਵਾਸਨਾ ਅਨੁਸਾਰ ਉਹੋ ਜਿਹੀ ਫਲ ਪ੍ਰਾਪਤ ਕਰ ਲੈਂਦਾ ਏ। ਅਮਰ ਹੋਏ ਸਦ ਆ ਕੁਲ ਰਹੈ। ਅਮਰ ਹੋਏ ਜੇ ਕਰਕੇ ਸਦ ਆ ਕੁਲ ਰਹੈ, ਸਦਾ ਹੀ ਜੋ ਆ ਕੁਲ, ਕੁਲਾਂ ਤੋਂ ਰਹਿਤ ਪਰਮੇਸ਼ਰ ਸਰੂਪ ਹੈ, ਰਹਿ ਤੋਂ ਭਾਵ ਦੇ ਸਰੂਪ ਅਸਥਿਤ ਹੋ ਕੇ ਰਹੇ, ਉਸ ਵਾਹਿਗੁਰੂ ਦਾ ਨਾਮ ਜਪਦਾ ਰਹੇ, ਉਸ ਵਾਹਿਗੁਰੂ ਦੇ ਚਰਨਾਂ 'ਚ ਟਿਕਿਆ ਰਹਿਣਾ ਕਰੇ, ਤਾਂ ਅਮਰ ਹੋਏ ਜੀਵ ਅਮਰ ਮ੍ਰਿਤੂ ਤੋਂ ਰਹਿਤ ਹੋ ਸਕਦਾ ਏ, ਇਹਦੀਆਂ ਸਾਰੀਆਂ ਚਿਤਵਨੀਆਂ ਪੂਰੀਆਂ ਹੋ ਜਾਂਦੀਆਂ ਹਨ। ਪ੍ਰਭਾਤੀ ਭਗਤ ਬੇਣੀ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪ੍ਰਭਾਤੀ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਭਗਤ ਬੇਣੀ ਜੀ ਦੀ ਬਾਣੀ ਉਚਾਰਨ ਕੀਤੀ ਹੋਈ ਦਰਜ ਕਰਾਉਂਦੇ ਨੇ। ਇੱਕ ਓਅੰਕਾਰ ਵਾਹਿਗੁਰੂ, ਇੱਕ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਭਗਤ ਬੇਣੀ ਸਾਹਿਬ ਜੀ ਦਾ ਕੋਈ ਸਤਸੰਗੀ ਪ੍ਰੇਮੀ ਸੀ, ਉਹਦਾ ਪੁੱਤਰ ਪੜ੍ਹਿਆ ਤਾਂ ਬਹੁਤ ਵਿਦਵਾਨ ਧਰਮ ਗ੍ਰੰਥ ਹਨ, ਠਾਕੁਰ ਪੂਜਾ ਕਰੇ, ਠਾਕੁਰਾਂ ਅੱਗੇ ਨਾਚ ਨ੍ਰਿਤਕਾਰੀ ਕਰੇ, ਪਰ ਮਨ ਵਿਕਾਰੀ ਹੋ ਗਿਆ ਜੀ, ਜਿਸ ਕਰਕੇ ਉਹਦਾ ਪਿਤਾ ਉਹਨੂੰ ਭਗਤ ਬੇਣੀ ਜੀ ਦੇ ਪਾਸ ਲੈ ਕੇ ਆਇਆ ਵੀ ਇਹਨੂੰ ਸਮਝਾਓ, ਬੇਨਤੀ ਕੀਤੀ ਵੀ ਇਹਦੀ ਰਹਿਣੀ ਦੇਣੀ ਬਹਿਣੀ ਵੇਖੋ, ਮਹਾਰਾਜ ਹੈ ਬੜਾ ਧਰਮੀ ਪਰ ਪਖੰਡ ਕਰਦਾ, ਉਹਦੇ ਪਖੰਡ ਨੂੰ ਛਡਾਉਣ ਵਾਸਤੇ ਬੇਣੀ ਜੀ ਨੇ ਉਹਦੇ ਸਰੂਪ ਦੀ ਸਖਿਆਤਾ ਵਾਸਤੇ ਉਸ ਵੇਲੇ ਉਹਨੂੰ ਸੰਬੋਧਨ ਕਰਦਿਆਂ ਸਰਬ ਸਾਂਝਾ ਉਪਦੇਸ਼ ਦਿੰਦੇ ਨੇ ਵੀ ਧਰਮ ਦੇ ਕਰਮ ਕਰਦੇ ਆ, ਪਖੰਡ ਕਰਦੇ ਆ, ਵਾਹਿਗੁਰੂ ਦੀ ਖੁਸ਼ੀ ਨਹੀਂ ਹੁੰਦੀ। ਤਨ ਚੰਦਨ ਮਸਤਕ ਪਾਤੀ। ਮਹਾਰਾਜ ਕਹਿੰਦੇ ਭਾਈ ਵੇਖ ਤੂੰ ਆਪਣੇ ਤਨ ਸਰੀਰ ਤੇ ਚੰਦਨ ਚੰਦਨ ਦਾ ਛਿੜਕਾ ਕੀਤਾ ਹੈ, ਲੇਪ ਕੀਤਾ ਏ, ਚੰਦਨ ਦੇ ਟਿੱਕੇ ਲਾਉਣਾ ਹੈ, ਮਸਤਕ ਪਾਤੀ ਦੇ ਆਪਣੇ ਮੱਥੇ ਉੱਤੇ ਤੁਲਸੀ ਆਦਿਕ ਦੇ ਪੱਤੇ ਲਗਾਉਂਦਾ ਹੈ। ਰੇਤ ਅੰਤਰ ਕਰ ਤਲ ਕਾਤੀ। ਅਤੇ ਫੇਰ ਭਗਤ ਬੇਣੀ ਸਾਹਿਬ ਜੀ ਕਹਿਣ ਲੱਗੇ ਵੀ ਵੇਖ ਜਿਹੜਾ ਤੇਰਾ ਰੇਤ ਹੈ ਨਾ, ਉੱਤੇ ਦੇ ਤੂੰ ਕੀ ਕੀਤਾ ਹੈ, ਟਿੱਕੇ ਵੀ ਲਾਏ ਨੇ, ਤੁਲਸੀ ਦੇ ਪੱਤੇ ਵੀ ਬੰਨੇ ਹਨ, ਪਾ ਪੰਡਿਤ ਵਿਦਵਾਨ ਹੋ ਕੇ ਐਸੇ ਕਰਮ ਕਰਦਾ ਹੈ, ਪਰ ਆਪਣੇ ਰਿਧ ਹਿਰਦੇ ਰੂਪੀ ਕਾਰ ਹੱਥ ਦੀ ਜੋ ਤਲ ਤਲੀ ਹੈ ਨਾ, ਇਹਦੇ ਵਿੱਚ ਹਿੰਸਾ ਕਰਨ ਲਈ ਕਰ ਤਲ, ਕਰ ਭਾਵ ਹੱਥ ਦੀ ਤਲ ਤਲੀ ਦੇ ਵਿੱਚ, ਜਿਵੇਂ ਪ੍ਰਤੱਖ ਹੱਥ ਵਿੱਚ ਆਪਾਂ ਕੋਈ ਛੁਰੀ ਫੜੀ ਹੋਵੇ ਨਾ, ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਆਪਣੇ ਹਿਰਦੇ ਰੂਪੀ ਹੱਥ ਦੀ ਤਲੀ ਦੇ ਅੰਦਰ ਤੋਂ ਹਿੰਸਾ ਕਰਨੀ, ਜੀਵਾਂ ਦਾ ਘਾਤ ਕਰਨਾ, ਈਰਖਾ ਕਰਨੀ, ਇੱਥੇ ਆਦਿਕ ਜੋ ਕਾਤੀ ਛੁਰੀ ਫੜੀ ਹੋਈ ਹੈ, ਪਾਪ ਕੇ ਉਤੋਂ ਧਰਮੀਆਂ ਦੇ ਅੰਦਰੋਂ ਪਾਪ ਕਰ ਰਿਹਾ ਹੈ। ਠੱਗ ਦਿਸ਼ਟ ਕਾਤੀ ਦਾ ਅਰਥ ਕੈਂਚੀ ਵੀ ਕਰਦੇ ਆ ਕਈ ਵਿਦਵਾਨ, ਕੈਂਚੀ ਹੋਵੇ ਛੁਰੀ ਹੋਵੇ ਕੰਮ ਇਹੀ ਵੀ
ਅੰਦਰੋਂ ਨੁਕਸਾਨ ਕਰਨ ਵਾਲਾ ਸੁਭਾਅ ਹੈ ਤੇ ਬਾਹਰੋਂ ਧਰਮੀ ਹੈ। ਠੱਗ ਦਿਸ਼ਟ ਬੱਗਾ ਲਿਵ ਲਾਗਾ, ਠੱਗ ਦਿਸ਼ਟ ਬੱਗਾ ਲਿਵ ਲਾਗਾ, ਕਹਿੰਦੇ ਠੱਗਾਂ ਵਾਲੀ ਤੇਰੀ ਦ੍ਰਿਸ਼ਟੀ ਹੈ ਜਾਂ ਫਿਰ ਠੱਗਣ ਵਾਲੀ ਦ੍ਰਿਸ਼ਟੀ ਹੈ, ਵੀ ਕਿਵੇਂ ਤੂੰ ਠੱਗਣਾ ਹੈ, ਤੇਰੀ ਨਿਗਾਹ ਹੀ ਇਹ ਭੈੜੀ ਹੈ, ਵੇਖਦਾ ਹੀ ਲੋਕਾਂ ਨੂੰ ਲੁੱਟਣ ਵਾਸਤੇ ਹੈ। ਤੇ ਬੱਗਾ ਲਿਵ ਲਾਗਾ, ਪਰਾਏ ਘਰਾਂ ਨੂੰ ਤੱਕਣ ਲਈ ਬੱਗਾ ਬਗਲਿਆਂ ਦੇ ਵਾਂਗ ਲੇ ਬਿਰਤੀ ਨੂੰ ਮਹਾਰਾਜ ਕਹਿੰਦੇ ਲਾਗਾ ਲਗਾ ਕੇ ਬੈਠਾ ਰਹਿੰਦਾ ਏ, ਜਿਵੇਂ ਬਗਲਾ ਕੀ ਕਰਦਾ ਏ ਵੀ ਬੈਠ ਜਾਂਦਾ ਏ ਸਮਾਧੀ ਲਾ ਕਰਕੇ ਕਿਨਾਰੇ ਤੇ ਇੱਕ ਪੈਰ ਤੇ ਖੜ ਕੇ, ਤਾਂ ਫਿਰ ਜਦ ਕੋਈ ਮੱਛੀ ਡੱਡੀ ਆਉਂਦੀ ਹੈ ਕੋਈ ਨਦੀ ਨਾਲੇ ਦੇ ਵਿੱਚ ਝੱਟ ਝਪੜ ਪੈਂਦਾ ਹੈ। ਇਸੇ ਪ੍ਰਕਾਰ ਕਹਿੰਦੇ ਵੀ ਅੰਦਰੋਂ ਬਿਰਤੀ ਵਿਕਾਰੀ ਹੈ, ਬਾਹਰੋਂ ਇੰਦਰੀਆਂ ਨੂੰ ਸੰਕੋਚ ਕਰਕੇ ਅੱਖਾਂ ਬੰਦ ਕਰਕੇ ਪਖੰਡ ਕਰਕੇ ਵਿਖਾਲ ਰਿਹਾ ਹੈ। ਦੇਖ ਵੈਸਨੋ ਪ੍ਰਾਣ ਮੁਖ ਭਾਗਾ, ਬਾਹਰੋਂ ਵੇਖਣ ਨੂੰ ਤਾਂ ਵੈਸਨੋ ਐਸਾ ਵੈਸਨੋ ਵਿਸ਼ਨੂੰ ਦਾ ਭਗਤ ਵੈਸਨੋ ਪ੍ਰਤੀਤ ਹੋ ਰਿਹਾ ਵੀ ਬੜਾ ਹੀ ਤੂੰ ਮੰਨਦਾ ਹੈ ਆਪਣੇ ਗੁਰੂ ਦੇਵ ਨੂੰ ਆਪਣੇ ਮਾਲਕ ਨੂੰ। ਪ੍ਰਾਣ ਮੁਖ ਭਾਗਾ, ਪਰ ਜਿਵੇਂ ਮੁਖ ਮੂੰਹ ਤੋਂ ਪ੍ਰਾਣ ਸਵਾਸਾਂ ਦਾ ਸਮੁਦਾਇ ਭਾਗਾ ਭੱਜ ਗਿਆ ਹੋਵੇ, ਇਸ ਤਰ੍ਹਾਂ ਦਾ ਕਹਿੰਦੇ ਬਣਿਆ ਪਾ। ਬਹੁਤ ਹੌਲੀ ਹੌਲੀ ਸਵਾਸ ਲੈਂਦਾ, ਬਹੁਤ ਹੀ ਦਇਆਵਾਨ ਜਾਪਦਾ ਏ ਵੀ ਬੜਾ ਹੀ ਨਿਮਰਤਾਵਾਨ ਜੀ, ਬੜਾ ਹੀ ਹੌਲੀ ਹੌਲੀ ਬੋਲਦਾ ਹੈ, ਸਵਾਸ ਬੜੇ ਸਹੀਜੇ ਲੈਂਦਾ ਹੈ। ਮੁਖ ਤੋਂ ਤਾਂ ਐਵੇਂ ਜਾਪਦਾ ਹੈ ਵੇਖਣ ਨੂੰ ਕਿ ਬੜਾ ਵੱਡਾ ਭਗਤ ਹੈ, ਪਰ ਅੰਦਰ ਤੇਰੇ ਬਹੁਤ ਬੜਾ ਪਖੰਡ ਮਹਾਰਾਜ ਸਾਹਿਬ ਕਹਿੰਦੇ ਪੈਦਾ ਹੋ ਰਿਹਾ ਏ। ਕਾਲ ਭਗਵਤ ਭਗਵਤ ਕਾਲ ਭਗਵਤ ਬੰਦ ਚ ਰਾਮੰਗ, ਕਾਲ ਭਗਵਤ ਬੰਦ ਚ ਰਾਮੰਗ, ਤੇ ਹੇ ਭਾਈ ਤੂੰ ਨਾ ਕਾਲ ਤੋਂ ਭਾਵ ਬਾਹਰੋਂ ਬੜਾ ਸੁੰਦਰ ਸਰੂਪ ਜੋ ਭਗਵਤ ਭਗਵਾਨ ਦੀ ਮੂਰਤੀ ਦੇ ਅੱਗੇ ਲੋਕਾਂ ਨੂੰ ਵਿਖਾਉਣ ਦੇ ਲਈ ਚਰਾਮੰਗ ਹੁੰਦਾ ਵੀ ਚਰਾਮੰਗ ਬੜਾ ਲੰਮਾ ਸਮਾਂ ਕੀ ਕਰਦਾ ਬੰਦ ਬੰਦਨਾ ਨਮਸਕਾਰਾਂ ਕਰਦਾ ਹੈ, ਸੁੰਦਰ ਭਗਵਤ ਭਗਵਾਨ ਦੀ ਮੂਰਤ ਬਣਾ ਕੇ ਉਹਦੇ ਅੱਗੇ ਬਹੁਤ ਲੰਮਾ ਲੰਮਾ ਸਮਾਂ ਲੰਮੇ ਪੈ ਕੇ ਵੰਦਨਾ ਕਰੀ ਜਾਣਾ, ਮੱਥੇ ਟੇਕੀ ਜਾਣਾ, ਨਮਸਕਾਰਾਂ ਕਰਦਾ ਏ। ਕਰੂਰ ਦਿਸ਼ਟ ਰਤਾ ਨਿਸ ਬਾਦੰ, ਪਰ ਇਸ ਪ੍ਰਕਾਰ ਤੂੰ ਕਹਿੰਦੇ ਨਿਸ ਰਾਤ ਤੇ ਇੱਥੇ ਬਾਦੰ ਦਾ ਅਰਥ ਹੈ ਦਿਨ, ਵੀ ਰਾਤ ਅਤੇ ਦਿਨ ਕਹਿੰਦੇ ਕਰੂਰ ਦਿਸ਼ਟ ਕਰੂਰ ਮੰਦ ਦ੍ਰਿਸ਼ਟੀ ਦੇ ਵਿੱਚ ਹੀ ਰੱਤਾ ਰੰਗਿਆ ਹੋਇਆ ਹੈ, ਜਾਂ ਨਿਸ ਤੋਂ ਹੀ ਦੋਵੇਂ ਅਰਥ ਲੈ ਲੈਂਦੇ, ਨਿਸ ਤੋਂ ਭਾਵ ਵੀ ਰਾਤ ਦੇਣੀ ਤੂੰ ਕਹਿੰਦੇ ਵੀ ਕਰੂਰ ਦ੍ਰਿਸ਼ਟੀ ਦੇ ਵਿੱਚ ਰੱਤਾ ਹੋਇਆ ਏ, ਬਾਦੰ ਝਗੜੇ ਆਦਿ ਕਰਨ ਵਿੱਚ ਲੱਗਾ ਰਹਿੰਦਾ ਹੈ। ਰਹਾਉ ਨਿਤ ਪ੍ਰਤ ਇਸ਼ਨਾਨ ਸਰੀਰੰ, ਉਸ ਤਰ੍ਹਾਂ ਤੂੰ ਨਿਤ ਪ੍ਰਤ ਨਿਤਾ ਪ੍ਰਤੀ ਆਪਣੇ ਸਰੀਰੰ ਤਨ ਦਾ ਇਸ਼ਨਾਨ ਵੀ ਕਰਦਾ ਹੈ, ਜਾ ਕਰਕੇ ਧਾਰਮਿਕ ਸਥਾਨਾਂ ਦੇ ਇਸ਼ਨਾਨ ਕਰਦਾ ਹੈ। ਦੋਏ ਧੋਤੀ ਕਰਮ ਮੁਖ ਖੀਰੰ, ਅਤੇ ਦੋਏ ਦੋ ਧੋਤੀਆਂ ਰੱਖਦਾ ਏ ਵੀ ਜਦੋਂ ਵੀ ਪੂਜਾ ਪਾਠ ਕਰਨਾ ਹੋਵੇ ਇਸ਼ਨਾਨ ਕਰਕੇ ਦੂਜੀ ਸਾਫ਼ ਧੋਤੀ ਬੰਨ ਲਿਆ, ਇਹ ਦੋਏ ਧੋਤੀ ਦੋ ਧੋਤੀਆਂ ਰੱਖਦਾ ਹੈ। ਕਰਮ ਮੁਖ ਖੀਰੰਗ, ਅਤੇ ਹੋਰ ਕਰਮ ਕਾਂਡ ਕਰਦਾ ਹੈ ਆਪਣੇ ਮੁਖ ਮੂੰਹੋਂ ਖੀਰੰਗ ਦੁੱਧ ਪੀਣਾ ਹੈ, ਭਾਵ ਹੈ ਵੀ ਦੁੱਧਾ ਧਾਰੀ ਖਵਾਉਂਦਾ ਵੀ ਹੋਰ ਅਸੀਂ ਅੰਨ ਨਹੀਂ ਗ੍ਰਹਿਣ ਕਰਦੇ, ਅਸੀਂ ਤਾਂ ਦੁੱਧ ਹੀ ਪੀਂਦੇ ਹਾਂ। ਹਿਰਦੈ ਛੁਰੀ ਸੰਦੇ ਆਨੀ, ਸੰਦੇ ਆਨੀ ਖਿੱਚ ਕੇ ਬੋਲਣਾ ਵੀ ਹਿਰਦੈ ਛੁਰੀ ਸੰਦੇ ਆਨੀ, ਪਰ ਆਪਣੇ ਹਿਰਦੈ ਹਿਰਦੇ ਦੇ ਵਿੱਚ ਹਿੰਸਾ ਈਰਖਾ ਕਰ ਰੂਪੀ ਜੋ ਛੁਰੀ ਹੈ
ਉਹੀ ਤੂੰ ਸੰਧਿਆਨੀ ਸੰਨ ਕੇ ਕੱਸ ਕੇ ਸਿੱਧੀ ਕਰਕੇ ਨਿਸ਼ਾਨਾ ਬੰਨ ਕੇ ਰੱਖੀ ਹੋਈ ਹੈ। ਪਰ ਦਰਬ ਹਿਰਨ ਕੀ ਬਾਨੀ, ਇਹੀ ਫਰਕ ਆ। ਸੰਧਿਆਨੀ ਇਹ ਖਿੱਚ ਕੇ ਬੋਲਣਾ ਤੇ ਬਾਣੀ ਇਹ ਪੋਲਾ ਉਚਾਰਨ ਕਰਨਾ। ਪਰ ਦਰਬ ਹਿਰਨ ਕੀ ਬਾਣੀ ਤੇ ਕਹਿੰਦੇ ਪਰ ਪਰਾਏ ਦਰਬ ਧਨ ਨੂੰ ਹਿਰਨ ਚੁਰਾਉਣ ਦੀ ਲੁਕਾਉਣ ਦੀ। ਬਾਣੀ ਦੇ ਅਰਥ ਦੋ ਹੈ, ਇੱਕ ਬਾਣੀ ਹੈ ਵੀ ਤੈਨੂੰ ਆਦਤ ਪਈ ਹੋਈ ਹੈ ਵੀ ਲੋਕਾਂ ਦਾ ਧਨ ਚੁਰਾਵਾਂ ਠੱਗੀਆਂ ਮਾਰਾਂ, ਤੇ ਦੂਸਰਾ ਭਾਵ ਹੈ ਵੀ ਧਨ ਪਦਾਰਥ ਚੁਰਾਉਣ ਵਾਲੀ ਵੀ ਬਾਣੀ ਬਾਣੀ ਬੋਲਦਾ। ਭਾਵ ਜਗਤ ਨੂੰ ਕਹਿੰਦਾ ਹੈ ਵੀ ਜਗਤ ਮਿਥਿਆ ਹੈ, ਪਦਾਰਥ ਛੱਡ ਦਿਓ, ਆਪ ਸਾਰਾ ਕੁਛ ਸਾਂਭੀ ਜਾਂਦਾ ਹੈ। ਸਿਲ ਪੂਜਸ ਚੱਕਰ ਗਣੇਸ਼ੰ, ਸਿਲ ਪੂਜਸ ਸਿਲ ਸਿਲਾ ਨੂੰ ਤੂੰ ਪੱਥਰ ਨੂੰ ਪੂਜਸ ਪੂਜਣਾ ਕਰਦਾ ਹੈ। ਚੱਕਰ ਗਣੇਸ਼ੰ ਤੇ ਆਪਣੇ ਸਰੀਰ ਤੇ ਗਣੇਸ਼ੰ ਗਣੇਸ਼ ਦੇ ਚੱਕਰ ਬਣਾਉਂਦਾ ਹੈ। ਨਿਸ ਜਾਗਸ ਭਗਤ ਪ੍ਰਵੇਸ਼ੰ, ਅਤੇ ਲੋਕਾਂ ਨੂੰ ਆਖਦਾ ਹੈ ਵੀ ਨਿਸ ਜਾਗਸ ਵੀ ਮੈਂ ਰਾਤ ਭਰ ਜਗਰਾਤਾ ਕਰਦਾ ਜਾਗਰਣ ਕਰਦਾ ਹਾਂ। ਭਗਤ ਪ੍ਰਵੇਸ਼ੰ ਤੇ ਵਿਸ਼ਨੂੰ ਦੀ ਭਗਤੀ ਵਿੱਚ ਹੀ ਪ੍ਰਵੇਸ਼ੰ ਪ੍ਰਵੇਸ਼ ਹੁੰਦਾ ਹਾਂ, ਭਾਵ ਰਾਤ ਜਾਗਦਾ ਹੈ ਤੇ ਰਾਸ ਧਾਰੀਆਂ ਵਾਲੀ ਭਗਤੀ ਵਿੱਚ ਪ੍ਰਵੇਸ਼ ਹੁੰਦਾ। ਪੈਰਾਂ ਨੂੰ ਘੁੰਗਰੂ ਬੰਨ ਕੇ ਨੱਚਣਾ ਟੱਪਣਾ ਇਹ ਸਭ ਕੁਝ ਤੂੰ ਕਰਦਾ ਹੈ। ਪੱਗ ਨਾਚਸ ਚਿਤ ਅਕਰਮੰ, ਪੱਗ ਨਾਚਸ ਚਿਤ ਅਕਰਮੰ, ਤੇ ਫਿਰ ਪਾਤਸ਼ਾਹ ਕਹਿੰਦੇ ਵੀ ਪਰਾਈ ਇਸਤਰੀਆਂ ਨੂੰ ਖੁਸ਼ ਕਰਨ ਲਈ ਪੱਗ ਪੈਰਾਂ ਨਾਲ ਘੁੰਗਰੂ ਬੰਨ ਕੇ ਨਾਚਸ ਨੱਚਦਾ ਫਿਰਦਾ ਹੈ। ਚਿਤ ਅਕਰਮੰ, ਚਿਤ ਜਿਹੜਾ ਤੇਰਾ ਅਕਰਮੰ, ਕਰਮੰ ਹੁੰਦਾ ਕਰਮ ਚੰਗੇ, ਅਕਰਮੰ ਹੁੰਦਾ ਖੋਟੇ ਕਰਮ, ਇਹਨਾਂ ਵਿੱਚ ਲਾਇਆ ਹੋਇਆ ਹੈ ਆਪਣਾ ਮਨ। ਇਹ ਲੰਪਟ ਨਾਚ ਅਧਰਮੰ, ਇਹ ਲੰਪਟ ਹੇ ਵਿਸ਼ਿਆਂ 'ਚ ਲੰਪਟ ਲਪਾਏ ਮਾਨ ਹੋਏ ਪੁਰਖਾ, ਨਾਚ ਅਧਰਮੰ ਤੇਰਾ ਐਸਾ ਜਿਹੜਾ ਨੱਚਣਾ ਹੈ, ਰਾਸ ਕਰਨੀ, ਰਾਮਲੀਲਾ ਖੇਡਣੀ, ਇਹ ਸਭ ਕੁਝ ਅਧਰਮੰ ਪਾਪ ਰੂਪ ਹੀ ਹੈ। ਭਾਵ ਕੇ ਇੱਥੇ ਵਿਕਾਰਾਂ ਨੂੰ ਹੀ ਮੁੱਖ ਰੱਖਿਆ ਏ, ਕਿਰਿਆ ਧਰਮ ਵਾਲੀ ਕਰਕੇ ਵਿਖਾਉਂਦੇ ਹੋ। ਰਾਧਾ ਕ੍ਰਿਸ਼ਨ ਬਣ ਗਏ ਰਾਸ ਪਾਉਣ ਦੇ ਲਈ, ਰਾਮਲੀਲਾ ਬਣ ਦੇ ਲਈ, ਹੋਰ ਰਾਮ ਸੀਤਾ ਬਣ ਗਏ, ਪਰ ਵਿਕਾਰੀ ਦ੍ਰਿਸ਼ਟੀ ਦੇ ਮੰਦ ਕਰਮ ਕਰਦੇ ਹੋ। ਇਹ ਸਭ ਕੁਝ ਤੁਹਾਡਾ ਨੱਚਣਾ ਪਾਪ ਰੂਪ ਹੈ। ਮ੍ਰਿਗ ਆਸਨ ਤੁਲਸੀ ਮਾਲਾ, ਮ੍ਰਿਗ ਆਸਨ ਫਿਰ ਹਿਰਨ ਦੀ ਜੋ ਖਲ ਹੈ ਉਹਦਾ ਆਸਣ ਲਾਉਂਦੇ ਹੋ, ਮ੍ਰਿਗਸ਼ਾਲਾ ਹੇਠ ਵਿਛਾਉਣਾ ਕਰਦਾ ਹੈ ਤੂੰ। ਤੁਲਸੀ ਮਾਲਾ, ਮਾਲਾ ਪੋਲਾ ਪਾਠ ਹੈ, ਇਸੇ ਤਰ੍ਹਾਂ ਵੀ ਹੱਥ ਵਿੱਚ ਤੁਲਸੀ ਦੀ ਮਾਲਾ ਪਕੜਦਾ ਹੈ। ਘਰ ਉਜਲ ਤਿਲਕ ਕਪਾਲਾ, ਕਪਾਲਾ ਇਹ ਖਿੱਚ ਕੇ ਬੋਲਣਾ ਹੈ ਕਪਾਲਾ, ਤੇ ਘਰ ਹੱਥ ਦੇ ਵਿੱਚ ਉਜਲ ਉਜਲ ਪਵਿੱਤਰ ਸਾਫ਼ ਕਰਕੇ ਕਪਾਲਾ, ਮੱਥੇ ਉੱਤੇ ਤਿਲਕ ਟਿੱਕਾ ਲਗਾਇਆ ਹੋਇਆ ਹੈ, ਤਿਲਕ ਲਗਾਉਣਾ ਹੈ ਚੰਦਨ ਦਾ। ਹਿਰਦੈ ਕੂੜ ਕੰਠ ਰੁਦਰਾਖੰ, ਹਿਰਦੈ ਕੂੜ ਤੇਰੇ ਹਿਰਦੇ ਚ ਸਾਹਿਬ ਕਹਿੰਦੇ ਕੂੜ ਝੂਠ ਹੈ ਭਗਤ ਬੇਣੀ ਜੀ ਕਹਿੰਦੇ, ਪਰ ਕੰਠ ਰੁਦਰਾਖੰ ਤੇ ਕੰਠ ਗਲੇ ਦੇ ਵਿੱਚ ਤੂੰ ਰੁਦਰਾਖੰ, ਰੁਦਰਾਖ ਰੁਦਰ ਦੀ ਅੱਖ ਵਰਗੀ ਬ੍ਰਿਸ਼ ਦਾ ਬ੍ਰਿਸ਼ ਹੈ, ਉਹਦਾ ਇੱਕ ਫਲ ਹੈ, ਉਹਦੀ ਤੂੰ ਮਾਲਾ ਪਹਿਨੀ ਹੋਈ ਹੈ ਵੀ ਪਵਿੱਤਰ ਮੰਨਦਾ ਵੀ ਇਹ ਪਵਿੱਤਰ ਹੈ, ਵੀ ਪਵਿੱਤਰ ਮੰਨ ਕੇ ਤੂੰ ਇਹ ਰੁਦਰਾਖ ਦੀ ਮਾਲਾ ਪਹਿਨੀ ਹੈ, ਪਰ ਤੇਰੇ ਹਿਰਦੇ 'ਚ ਕੂੜ ਹੈ, ਅਪਵਿੱਤਰਤਾ ਹੈ, ਝੂਠ ਬੋਲਦਾ ਏ। ਰੇ ਲੰਪਟ ਕ੍ਰਿਸ਼ਨ ਅਪਾਖ, ਰੇ ਲੰਪਟ ਹੇ ਵਿਸ਼ਿਆਂ 'ਚ ਲੰਪਟ ਲਪਾਏ ਮਾਨ ਹੋਏ ਪੁਰਖਾ, ਕ੍ਰਿਸ਼ਨ ਅਪਾਖ ਤੂੰ ਕ੍ਰਿਸ਼ਨ ਭਗਵਾਨ ਦੇ ਜਸ ਨੂੰ ਲੋਕਾਂ ਨੂੰ ਵਿਖਾਉਣ ਵਾਸਤੇ ਅਪਾਖ ਉਚਾਰਨ ਕਰਨ ਤੋਂ, ਵਾਹਿਗੁਰੂ ਤੂੰ ਉਹ ਕ੍ਰਿਸ਼ਨ ਭਗਵਾਨ ਦਾ ਜਿਹੜਾ ਜਸ ਹੈ ਉਸ ਜਸ ਨੂੰ ਤੂੰ ਅਭਾਖਣ ਭਾਖਣ ਤੋਂ
ਰਹਿ ਧੋ ਰਿਹਾ ਹੈ, ਭਾਵ ਕਿ ਵਾਹਿਗੁਰੂ ਦੀ ਵਡਿਆਈ ਨਹੀਂ ਭਾਖਦਾ, ਵਾਹਿਗੁਰੂ ਦੀ ਵਡਿਆਈ ਕਰਨ ਵੱਲੋਂ ਤੂੰ ਰਹਿ ਧੋ ਰਿਹਾ, ਉਹਦਾ ਨਾਮ ਜਪਣ ਵੱਲੋਂ ਰਹਿ ਧੋ ਰਿਹਾ ਹੈ। ਜਿਨ ਆਤਮ ਤਤ ਯਾਰ ਇਹ ਲੰਪਟ ਹੇ ਵਿਸ਼ਿਆਂ 'ਚ ਫਸੇ ਪੁਰਖਾ, ਤੂੰ ਕ੍ਰਿਸ਼ਨ ਜੀ ਦਾ ਨਾਮ ਨਹੀਂ ਜਪ ਰਿਹਾ, ਤੂੰ ਗਲਤ ਕੰਮਾਂ ਦੇ ਵਿੱਚ ਪ੍ਰਵਿਰਤ ਹੋ ਰਿਹਾ ਹੈ। ਜਿਨ ਆਤਮ ਤਤ ਨਾ ਚੀਨਿਆ, ਇਹ ਭਾਈ ਜਿਨ੍ਹਾਂ ਵੀ ਮਨੁੱਖਾਂ ਨੇ ਆਤਮ ਤਤ ਆਪਣੇ ਸਵੈ ਸਰੂਪ ਰੂਪੀ ਤੱਤ ਨੂੰ ਵੀ ਅਸੀਂ ਮਾਲਕ ਦੀ ਅੰਸ਼ ਹੈ ਇਸ ਗੱਲ ਨੂੰ ਜਾਣਿਆ ਨਹੀਂ, ਅਨੁਭਵ ਨਹੀਂ ਕੀਤਾ। ਸਭ ਫੋਕਟ ਧਰਮ ਅਭਿਨਿਆ, ਭਗਤ ਬੇਣੀ ਜੀ ਕਹਿੰਦੇ ਉਹਨਾਂ ਦੇ ਸਾਰੇ ਜਿਹੜੇ ਧਰਮ ਨੇ ਨਾ, ਵੈਰਾਗੀ ਬਣਨਾ, ਵਿਵੇਕੀ ਬਣ ਬਣ ਵਿਖਾਉਣਾ, ਸਭ ਫੋਕਟ ਧਰਮ ਅਭਿਨਿਆ, ਉਹ ਵੈਰਾਗ ਵਿਵੇਕ ਰੂਪੀ ਨੇਤਰਾਂ ਤੋਂ ਹੀਣੇ ਅਭਿਨਿਆ ਅੰਨਿਆ ਗਿਆਨੀਆਂ ਦੇ ਸਾਰੇ ਹੀ ਕਰਮ ਧਰਮ ਜਿਹੜੇ ਨੇ ਸਕਾਮ ਕਰਮ, ਇਹ ਫੋਕੜ ਨੇ, ਨਿਸ਼ਫਲ ਹਨ, ਕੋਈ ਲਾਭ ਨਹੀਂ, ਵਿਅਰਥ ਹੈ ਸਭ ਕੁਝ। ਕਹੋ ਬੇਣੀ ਗੁਰਮੁਖ ਧਿਆਵੈ, ਭਗਤ ਬੇਣੀ ਜੀ ਕਹਿੰਦੇ ਭਾਈ ਇਸ ਲਈ ਕਰਮ ਕਾਂਡ ਪਖੰਡ ਛੱਡ ਕਰਕੇ ਵਿਸ਼ੇ ਵਿਕਾਰਾਂ ਤੋਂ ਰਹਿਤ ਹੋਣ ਵਾਸਤੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਸ ਨੂੰ ਧਿਆਉਣਾ ਕਰ, ਤਾਂ ਤੈਨੂੰ ਅਸਲੀ ਭਗਤੀ ਦਾ ਮਾਰਗ ਪ੍ਰਾਪਤ ਹੋਵੇਗਾ। ਬਿਨ ਸਤਿਗੁਰ ਬਾਟ ਨਾ ਪਾਵੈ, ਜੇ ਤੂੰ ਸਤਿਗੁਰੂ ਦੀ ਸ਼ਰਨ ਲਈ ਆਉਂਦਾ ਸੱਚੇ ਗੁਰੂ ਤੋਂ ਬਗੈਰ, ਕੋਈ ਵੀ ਭਗਤੀ ਸਾਹਿਤ ਗਿਆਨ ਦਾ ਜਿਹੜਾ ਬਾਟ ਰਸਤਾ ਹੈ ਉਹਨੂੰ ਨਹੀਂ ਪਾ ਸਕਦਾ। ਗੁਰਾਂ ਦੀ ਸ਼ਰਨ ਕਰਨ ਰਹਿਣ ਕਰ, ਤਦ ਤੇਰੀ ਖੁਲਾਸੀ ਹੋਵੇਗੀ। ਗੁਰਾਂ ਦੀ ਸ਼ਰਨ ਆਏ ਤੂੰ ਬਗੈਰ ਤੇਰੀ ਕਲਿਆਣ ਨਹੀਂ ਹੋਵੇਗੀ। ਤੈਨੂੰ ਮਹਾਰਾਜ ਸਾਹਿਬ ਕਹਿੰਦੇ ਵੀ ਵਾਹਿਗੁਰੂ ਦਾ ਰਾਹ ਨਹੀਂ ਪ੍ਰਾਪਤ ਹੋਵੇਗਾ। ਇੱਥੇ 30 ਰਾਗ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਦਰਜ ਕਰਾਏ ਸਨ, ਇੱਥੋਂ ਤੀਕਰ 30 ਰਾਗ ਸੰਪੂਰਨ ਹੋਏ ਨੇ, ਅੱਗੇ 31ਵਾਂ ਰਾਗ ਆਰੰਭ ਹੋ ਰਿਹਾ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। 1352 ਅੰਗ ਦੇ ਉੱਤੇ ਸਾਧ ਸੰਗਤ ਜੀ ਜੈ ਜਾਵੰਤੀ ਰਾਗ ਦੀ ਆਰੰਭਤਾ ਹੋ ਰਹੀ ਹੈ। ਇਹਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਹੈ। ਕਰਤਾਰਪੁਰ ਸਾਹਿਬ ਵਾਲਾ ਜੋ ਸਰੂਪ ਹੈ ਉਹ ਪੰਚਮ ਪਾਤਸ਼ਾਹ ਨੇ ਲਿਖਵਾਇਆ ਹੈ, ਉਹਦੇ ਵਿੱਚ ਇਹ ਰਾਗ ਨਹੀਂ ਦਰਜ। 30 ਰਾਗ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਦਮਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ 1762 ਤੋਂ ਲੈ ਕੇ 1763 ਬਿਕਰਮੀ ਤੀਕਰ, ਆਪਣੀ ਆਤਮਿਕ ਸ਼ਕਤੀ ਨਾਲ ਕੰਠੋਂ ਬਾਣੀ ਇੱਕ ਓਅੰਕਾਰ ਤੋਂ ਲੈ ਕੇ 1810-20 ਤੀਕਰ ਉਚਾਰਨ ਕੀਤੀ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਸੋਂ ਲਿਖਵਾਇਆ ਮਹਾਰਾਜ ਸਾਹਿਬ ਨੇ। ਉਹਦੇ ਵਿੱਚ ਸਤਿਗੁਰਾਂ ਨੇ ਇਹ ਬਾਣੀ ਦਾ ਵਾਅਦਾ ਕੀਤਾ, 31ਵਾਂ ਰਾਗ ਰਾਗ ਜੈ ਜਾਵੰਤੀ ਵਧਾ ਕਰਕੇ 9ਵੇਂ ਪਾਤਸ਼ਾਹ ਦੀ ਬਾਣੀ ਦੇ 4 ਸ਼ਬਦ ਇਹ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਲਿਖਾਉਣਾ ਕੀਤੇ ਲਿਖਾਰੀਆਂ ਦੇ ਪਾਸੋਂ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਇਹ ਰਾਗ 1352 ਅੰਗ ਦੇ ਉੱਤੇ ਆਰੰਭ ਕਰਨ ਤੋਂ ਪਹਿਲਾਂ ਮਹਾਂਮੰਤਰ ਉਚਾਰਿਆ ਹੈ। ਇੱਕ ਓਅੰਕਾਰ ਵਾਹਿਗੁਰੂ ਇੱਕ ਅਦੁੱਤੀ ਬ੍ਰਹਮ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ।
ਸਤਨਾਮ ਸਤ ਤ੍ਰੈ ਕਾਲ ਆਬਾਦ ਨਾਸ ਤੋਂ ਰਹਿਤ ਨਾਮ ਪ੍ਰਸਿੱਧ ਕਰਤਾ ਪੁਰਖ ਕਰਤਾ ਰਚਨ ਹਾਰ ਹੈ ਜਗਤ ਦਾ ਪੁਰਖ ਵਿਆਪਕ ਹੈ ਨਿਰਭਉ ਨਿਰਵੈਰ ਨਿਰਭਉ ਭੈ ਤੋਂ ਰਹਿ ਸਰੂਪ ਹੈ ਵਾਹਿਗੁਰੂ ਦਾ ਤੇ ਨਿਰਵੈਰ ਵੈਰ ਤੋਂ ਵੀ ਰਹਿਤ ਹੈ ਅਕਾਲ ਮੂਰਤ ਅਕਾਲ ਕਾਲ ਤੋਂ ਰਹਿਤ ਮੂਰਤ ਸਰੂਪ ਹੈ ਉਸਦਾ ਅਜੂਨੀ ਜਨਮਾ ਹੈ ਅੰਡ ਜੇਰ ਸੇਤ ਉਤ ਪੁਜ ਚਾਰ ਖਾਣੀਆਂ ਰਾਹੀਂ ਕਿਸੇ ਤਰ੍ਹਾਂ ਵੀ ਜੰਮਿਆ ਹੀ ਨਹੀਂ ਹੈ ਸਹਿ ਭੰਗ ਮੂੰਹ ਖੋਲ ਕੇ ਸਹਿ ਭੰਗ ਸੁਧੇ ਸਿਧ ਪ੍ਰਕਾਸ਼ ਹੈ ਗੁਰ ਪ੍ਰਸਾਦ ਤੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਏ ਰਾਗ ਜੈ ਜਾਵੰਤੀ ਮਹੱਲਾ ਨਾਵਾਂ ਇਸੇ ਤਰ੍ਹਾਂ ਹੀ ਰਾਗ ਜੈ ਜਾਵੰਤੀ ਕਠਈ ਹੈ ਜੈ ਜਾਵੰਤੀ ਉਚਾਰਨ ਕਰਨਾ ਰਾਗ ਜੈ ਜਾਵੰਤੀ ਮਹੱਲਾ ਨਾਵਾਂ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਪਰਮ ਪਵਿੱਤਰ ਉਪਦੇਸ਼ ਦਿੰਦੇ ਨੇ ਜਦੋਂ ਮਹਾਰਾਜ ਸਾਧ ਸੰਗਤ ਪੂਰਬ ਵੱਲ ਗਏ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਯਾਗ ਰਾਗ ਤ੍ਰਿਵੈਣੀ ਦੇ ਸਥਾਨ ਤੇ ਵਿਚਰ ਰਹੇ ਸਨ ਜਿੱਥੇ ਬਾਰੇ ਜ਼ਿਕਰ ਦਸਵੇਂ ਪਾਤਸ਼ਾਹ ਨੇ ਕੀਤਾ ਹੈ ਤਹੀਂ ਪ੍ਰਕਾਸ਼ ਹਮਾਰਾ ਭਇਓ ਤਹੀਂ ਤੋਂ ਭਾਵੋ ਤ੍ਰਿਵੈਣੀ ਇਲਾਹਾਬਾਦ ਜੋ ਪ੍ਰਯਾਗ ਰਾਗ ਹੈ ਵੱਡੀ ਸਿੱਖ ਸੰਗਤ ਗੁਰਦੁਆਰਾ ਹੈ ਉੱਥੇ ਮਹਾਰਾਜ ਸਾਹਿਬ ਜੀ ਬਹੁਤ ਸਮਾਂ ਰਹੇ ਅਤੇ ਵਿਚਰ ਰਹੇ ਸਨ ਸੰਗਤਾਂ ਨੇ ਬੇਨਤੀ ਕੀਤੀ ਉਪਦੇਸ਼ ਦੀ ਮੰਗ ਕੀਤੀ ਸਤਿਗੁਰੂ ਸਾਨੂੰ ਉਪਦੇਸ਼ ਦਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੈ ਜਾਵੰਤੀ ਰਾਗਣੀ ਦੇ ਅੰਦਰ ਜਿਹਨੂੰ ਰਾਗ ਦਾ ਹੀ ਦਰਜਾ ਮਹਾਰਾਜ ਨੇ ਦਿੱਤਾ ਹੈ ਇਹਦੇ ਵਿੱਚ ਵੈਰਾਗ ਜਨਕ ਉਪਦੇਸ਼ ਉਚਾਰਨ ਕਰਦੇ ਹਨ ਰਾਮ ਸਿਮਰ ਰਾਮ ਸਿਮਰ ਮਹਾਰਾਜ ਕਹਿੰਦੇ ਬਈ ਰਾਮ ਵਾਹਿਗੁਰੂ ਨੂੰ ਸਿਮਰ ਨਾ ਕਰੋ ਰਾਮ ਵਾਹਿਗੁਰੂ ਨੂੰ ਸਿਮਰ ਨਾ ਕਰ ਇਹ ਤੇਰਾ ਕਾਜ ਕਿਉਂਕਿ ਇਹ ਰਾਮ ਪਰਮੇਸ਼ਰ ਦਾ ਨਾਮ ਹੀ ਬਨ ਬਾਣੀ ਸਰੀਰ ਕਰਕੇ ਜੋ ਜਪਣਾ ਹੈ ਸਿਮਰ ਨੀ ਲੋਕ ਪਰਲੋਕ ਦੇ ਤੇਰੇ ਕੰਮ ਆਉਣ ਵਾਲਾ ਏ ਮਾਇਆ ਕੋ ਸੰਗ ਤਿਆਗ ਫਿਰ ਜੋ ਮਹਾਰਾਜ ਕਹਿੰਦੇ ਵੀ ਮਾਇਆ ਕੋ ਸੰਗ ਤਿਆਗ ਜੜ ਤੇ ਚੇਤਨ ਮਾਇਆ ਜੋ ਹੈ ਇਹਦਾ ਸੰਗ ਸਾਥ ਮੋਹ ਛੱਡਣਾ ਕਰ ਪ੍ਰਭ ਜੋ ਕੀ ਸਰਨ ਲਾਗ ਪਰਮੇਸ਼ਰ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਆਣ ਕੇ ਲੱਗਣਾ ਕਰ ਓਟ ਲੈ ਲਾ ਜਗਤ ਸੁਖ ਮਾਨ ਮਿਥਿਆ ਇਹ ਭਾਈ ਸਾਰੇ ਹੀ ਸੰਸਾਰ ਦੇ ਵਿਸ਼ੇ ਸੁਖਾਂ ਨੂੰ ਮਿਥਿਆ ਝੂਠਾ ਮੰਨਣਾ ਕਰ ਝੂਠੋ ਸਭ ਸਾਜ ਹੈ ਕਿਉਂਕਿ ਅਸਲੀਅਤ ਵਿੱਚ ਸਾਰਾ ਹੀ ਸਾਜੋ ਸਮਾਨ ਜੋ ਕੁਛ ਸਾਨੂੰ ਦਿਖ ਰਿਹਾ ਜਗਤ ਦਾ ਝੂਠਾ ਹੀ ਹੈ ਨਾਸਵੰਤ ਰਹਾਓ ਸੁਪਨੇ ਜਿਓ ਧਨ ਪਛਾਣ ਮਹਾਰਾਜ ਕਹਿੰਦੇ ਸੁਪਨੇ ਜਿਓ ਧਨ ਪਛਾਣ ਇਹ ਧਨ ਵਿਭੂਤੀ ਨੂੰ ਸੁਪਨੇ ਦੀ ਨਿਆਈ ਪਛਾਣਨਾ ਕਰ ਜਿਵੇਂ ਸੁੱਤਿਆਂ ਬਹੁਤ ਕੁਝ ਪ੍ਰਤੀਤ ਹੁੰਦਾ ਤੇ ਜਾਗਿਆਂ ਕੁਝ ਵੀ ਨਹੀਂ ਦਿੰਦਾ ਸਭ ਨਾਸ ਹੋ ਜਾਂਦਾ ਇਵੇਂ ਅਵਿਦਿਆ ਜੀ ਧਨ ਚੰਗਾ ਲੱਗਦਾ ਗਿਆਨ ਕਾਲ ਵਿੱਚ ਸਭ ਕੁਝ ਨਾਸ ਹੋ ਜਾਂਦਾ ਏ ਕਾਹੇ ਪਰ ਕਰਤ ਮਾਨ ਫਿਰ ਕਿਸ ਗੱਲ ਦਾ ਕਿਸ ਪਦਾਰਥ ਵਸਤੂ ਉੱਪਰ ਤੂੰ ਮਾਨ ਹੰਕਾਰ ਕਰਦਾ ਏ ਵੀ ਜਦੋਂ ਸਾਰਾ ਕੁਝ ਹੀ ਨਾਸਵੰਤ ਬਾਰੂ ਕੀ ਭੀਤ ਜੈਸੇ ਜਿਸ ਤਰ੍ਹਾਂ ਕਹਿੰਦੇ ਬਾਰੂ ਰੇਤੇ ਦੀ ਭੀਤ ਕੰਧ ਬਣਾਈ ਹੋਵੇ ਤਾਂ ਝੱਟ ਹੀ ਢਹਿ ਜਾਂਦੀ ਹੈ ਵਸਦਾ ਕੋ ਰਾਜ ਇਹ ਵਸਦਾ ਪ੍ਰਿਥਵੀ ਦਾ ਰਾਜ ਭਾਗ ਵੀ ਛੇਤੀ ਹੋਈ ਨਾਸ ਹੋ ਜਾਣ ਵਾਲਾ ਵੀ ਜਿਹੜੀ ਮਲਕੀਅਤ ਹੁੰਦੀ ਹੈ
ਜਿਹੜੀਆਂ ਆਪਣੇ ਨਾਮ ਤੇ ਗੁਰਦੌਰੀਆਂ ਰਜਿਸਟਰੀਆਂ ਇਹ ਵੀ ਲੰਮਾ ਸਮਾਂ ਨਹੀਂ ਰਹਿੰਦੀਆਂ। ਨਾਨਕ ਜਨ ਕਹਿਤ ਬਾਤ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਅਸੀਂ ਇਹ ਨਿਰਣੇ ਦੀ ਸਿਧਾਂਤ ਦੀ ਬਾਤ ਗੱਲ ਕਥਨ ਕਰਕੇ ਕਹਿੰਦੇ ਹਾਂ। ਬਿਨਸ ਜੈ ਹੈ ਤੇਰੋ ਗਾਤ। ਤੇਰੋ ਤੇਰਾ ਜੋ ਗਾਤ ਦਾ ਅਰਥ ਇੱਥੇ ਸਰੀਰ ਹੈ ਭਾਈ, ਸਰੀਰ ਵੀ ਬਿਨਸ ਨਾਸ ਹੀ ਹੋ ਜੈ ਹੈ ਜਾਵੇਗਾ। ਛਿਨ ਛਿਨ ਕਰ ਗਯੋ ਕਾਲ। ਛਿਨ ਛਿਨ ਕਰ ਗਯੋ ਕਾਲ, ਕਹਿੰਦੇ ਜਿਵੇਂ ਛਿਨ ਛਿਨ ਕਰਕੇ ਕਾਲ, ਕੱਲ ਦਾ ਦਿਨ ਪਿਛਲਾ ਸੀ ਉਹ ਚਲਾ ਗਿਆ, ਲੰਘ ਗਿਆ। ਤੈਸੇ ਜਾਤ ਆਜ ਹੈ। ਉਸੇ ਤਰ੍ਹਾਂ ਹੀ ਆਜ, ਅੱਜ ਦਾ ਦਿਨ ਵੀ ਚਲਿਆ ਜਾਤ ਜਾ ਰਿਹਾ, ਵੀ ਜਿਵੇਂ ਕੱਲ ਲੰਘ ਗਿਆ ਅੱਜ ਲੰਘ ਜੂ ਫਿਰ ਕੱਲ ਆਉਣ ਵਾਲਾ, ਐਵੇਂ ਹੀ ਸਮਾਂ ਗੁਜ਼ਰ ਰਿਹਾ ਹੈ। ਜੈ ਜਵੰਤੀ ਮਹੱਲਾ ਨਾਵਾ, ਰਾਮ ਭਜ ਰਾਮ ਭਜ। ਭਜ ਪੋਲਾ ਹੀ ਰਾਮ ਭਜ ਰਾਮ ਭਜ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਭਾਈ ਰਾਮ ਪਰਮੇਸ਼ਰ ਦਾ ਭਜ ਭਜਨ ਕਰ, ਰਾਮ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਦਾ ਭਜਨ ਸਿਮਰਨ ਕਰ। ਜਨਮ ਸਿਰਾਤ ਹੈ, ਕਿਉਂਕਿ ਤੇਰਾ ਜਿਹੜਾ ਜਨਮ ਹੈ ਸਿਰਾਤ ਬਤੀਤ ਹੁੰਦਾ ਜਾ ਰਿਹਾ, ਉਮਰ ਲੰਘਦੀ ਜਾ ਰਹੀ ਹੈ, ਅਮੋਲਕ ਜਨਮ ਖਤਮ ਹੋ ਰਿਹਾ ਏ। ਕਹੋ ਕਹਾ ਬਾਰ ਬਾਰ। ਮੈਂ ਤੇਰੇ ਤਾਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪੁਰਖਾ ਬਾਰ ਬਾਰ ਮੁੜ ਮੁੜ ਕੇ ਕੀ ਕਹਿਣਾ ਕਰਾਂ, ਕਿੰਨਾ ਕੁ ਤੈਨੂੰ ਸਮਝਾਵਾਂ ਹੈ ਜੀਵ। ਸਮਝਤ ਨਹਿ ਕਿਉ ਗਵਾਰ। ਇਹ ਗਾਵਾ ਗਵਾਰ ਬੇਸਮਝ ਮੂਰਖ ਪੁਰਖਾ, ਤੂੰ ਸਮਝਦਾ ਕਿਉਂ ਨਹੀਂ ਹੈ ਜੀਵ। ਬਿਨਸਤ ਨਹਿ ਲੱਗੈ ਬਾਰ। ਇਹ ਤੇਰੀ ਸਰੀਰ ਦੇਹੀ ਦੇ ਨਾਸ ਹੁੰਦੇ ਆ, ਕੋਈ ਬਾਰ ਦਾ ਅਰਥ ਇੱਥੇ ਦੇਰੀ ਹੈ, ਵੀ ਬਹੁਤੀ ਦੇਰ ਨਹੀਂ ਲੱਗਣੀ, ਬਹੁਤਾ ਸਮਾਂ ਨਹੀਂ ਲੱਗਦਾ। ਓਰੇ ਸਮ ਗਾਤ। ਓਰੇ ਸਮ ਗਾਤ ਹੈ। ਓਰੇ ਸਮ ਗਾਤ ਹੈ। ਓਰੇ ਕਹਿੰਦੇ ਔਲਿਆਂ ਨੂੰ, ਔਲੇ ਭਾਵ ਕਈ ਗੜੇ ਕਹਿੰਦੇ ਨੇ, ਕਈ ਵੱਖੋ ਵੱਖੇ ਅਰਥ ਨੇ। ਜਦੋਂ ਮੀਂਹ ਦੇ ਨਾਲ ਤੇ ਸਾਧ ਸੰਗਤ ਗੜੇ ਗੜੇ ਪੈਂਦੇ ਨੇ, ਮਹਾਰਾਜ ਕਹਿੰਦੇ ਬਿਨਸਤ ਨਹਿ ਲੱਗੈ ਬਾਰ ਓਲੇ ਸਮ ਗਾਤ ਹੈ, ਵੀ ਓਲਿਆਂ ਦੇ ਵਾਂਗ ਗੜਿਆਂ ਦੇ ਸਮਾਨ ਤੇਰੀ ਛੇਤੀ ਨਾਸ ਹੋ ਜਾਣ ਵਾਲੀ ਸਰੀਰ ਦੀ ਗਾਤ ਗਤ ਅਵਸਥਾ ਹੈ, ਵੀ ਜਿਹੜਾ ਤੇਰਾ ਗਾਤ ਸਰੀਰ ਹੈ ਜਿਵੇਂ ਮੀਂਹ ਦੇ ਨਾਲ ਪਏ ਹੋਏ ਗੜੇ ਝੱਟ ਹੀ ਖੁਰ ਜਾਂਦੇ ਨੇ, ਝੱਟ ਹੀ ਨਾਸ ਹੋ ਜਾਂਦੇ ਹਨ, ਐਵੇਂ ਹੀ ਤੇਰਾ ਜੋ ਗਾਤ ਸਰੀਰ ਓਲਿਆਂ ਦੇ ਵਾਂਗ ਗੜਿਆਂ ਦੇ ਵਾਂਗ ਨਾਸ ਹੋਣ ਵਾਲਾ ਏ। ਰਹਾਉ ਸਗਲ ਭਰਮ ਡਾਰ ਦੇਹੇ। ਦੇਹੇ ਸਗਲ ਭਰਮ ਡਾਰ ਦੇਹੇ, ਹੇ ਭਾਈ ਸਾਰੇ ਭਰਮਾਂ ਨੂੰ ਡਾਰ ਸੁੱਟ ਦੇਣਾ ਕਰ ਗਲੋਂ ਲਾ ਕੇ। ਗੋਬਿੰਦ ਕੋ ਨਾਮ ਲੇਹ, ਤੇ ਗੋਬਿੰਦ ਪਰਮੇਸ਼ਰ ਦਾ ਨਾਮ ਜਪਣਾ ਕਰ। ਅੰਤ ਬਾਰ ਸੰਗ ਤੇਰੇ, ਕਿਉਂਕਿ ਅੰਤ ਅਖੀਰ ਦੇ ਬਾਰ ਵੇਲੇ ਪਰਲੋਕ ਵਿੱਚ ਤੇਰੇ ਨਾਲ। ਇਹ ਇੱਕ ਜਾਤ ਹੈ, ਇਹ ਇੱਕੋ ਇੱਕ ਵਾਹਿਗੁਰੂ ਦਾ ਨਾਮ ਹੀ ਜਾਤ ਜਾਂਦਾ, ਬਾਕੀ ਪਦਾਰਥ ਸੰਬੰਧੀ ਇੱਥੇ ਛੱਡਣੇ ਪੈਣੇ, ਨਾਮ ਤੋਂ ਬਿਨਾਂ ਕੋਈ ਸਹਾਈ ਨਹੀਂ ਹੁੰਦਾ। ਵਿਖਿਆ ਵਿਖ ਜਿਓ ਵਿਸਾਰ, ਵਿਖਿਆ ਮਾਇਆ ਜਾਂ ਵਿਖਿਆ ਵਿਸ਼ੇ ਵਿਕਾਰ ਜਿਹੜੇ ਨੇ, ਵਿਖ ਜਿਓ ਵਿਸਾਰ, ਇਹਨਾਂ ਨੂੰ ਵਿਖ ਜ਼ਹਿਰ ਦੀ ਨਹੀਂ ਆਈ, ਘੋੜੇ ਜਾਣ ਕੇ ਦੁੱਖਦਾਈ ਮੰਨ ਕੇ ਵਿਸਾਰ ਦੇ ਭੁਲਾ ਦੇਣਾ ਕਰ, ਜਿਵੇਂ ਜ਼ਹਿਰ ਖਾਣ ਤੋਂ ਬਚੀਦਾ ਹੈ, ਕਿ ਵੀ ਮਾੜੀ ਚੀਜ਼ ਨਾ ਖਾਧੀ ਜਾਵੇ, ਇਵੇਂ ਵਿਸ਼ੇ ਦੇ ਮਾਇਆ ਦਾ ਤਿਆਗ ਕਰਦੇ। ਪ੍ਰਭ ਕੋ ਜਸ ਹੀਏ ਧਾਰ, ਤੇ ਪਰਮੇਸ਼ਰ ਦਾ ਜਸ ਆਪਣੇ ਹਿਰਦੇ ਚ ਧਾਰਨ ਕਰਕੇ ਵਸਾ ਕੇ ਰੱਖ। ਨਾਨਕ ਜਨ ਕਹਿ ਪੁਕਾਰ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਸੀਂ ਜਨਦਾਸ ਪੁਕਾਰ ਕੇ ਕੂਕ ਕੇ ਪਾ ਉੱਚੀ ਬੁਲੰਦ ਆਵਾਜ਼ ਵਿੱਚ
ਤੁਹਾਡੇ ਭਲੇ ਦਾ ਬਚਨ ਆਖਦੇ ਹਾਂ। ਅਵਸਰ ਬਿਹਾਤ ਹੈ, ਉਹ ਬਚਨ ਇਹ ਹੈ ਭਾਈ ਤੇਰਾ ਮਨੁੱਖਾ ਜਨਮ ਦਾ ਜਿਹੜਾ ਅਵਸਰ ਸਮਾਂ ਮਿਲਿਆ ਇਹ ਸਿਮਰਨ ਤੋਂ ਬਗੈਰ ਵਿਅਰਥ ਹੀ ਬਿਹਾਤ ਬਤੀਤ ਹੁੰਦਾ ਜਾ ਰਿਹਾ, ਇਹਨੂੰ ਸਾਂਭਣਾ ਕਰ। ਜੈ ਜਾਵੰਤੀ ਮਹੱਲਾ ਨਾਵਾਂ, ਰੇ ਮਨ ਕੌਣ ਗਤ ਹੋਏ ਹੈ ਤੇਰੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਮਨ ਦੇ ਤਾਈਂ ਸੰਬੋਧਨ ਕਰਦੇ ਆ, ਸਾਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਆਪਣੇ ਮਨ ਨੂੰ ਏਦਾਂ ਕਹੋ, ਮਨ ਦੇ ਤਾਈਂ ਸਿੱਖਿਆ ਦੇਈਏ, ਰੇ ਮਨ ਹੇ ਮਨ ਸਿਮਰਨ ਨਹੀਂ ਕਰਦਾ, ਕੌਣ ਗਤ ਹੋਏ ਹੈ ਤੇਰੀ, ਤੇਰੀ ਦੱਸ ਕਿਹੋ ਜੀ ਗਤ ਹਾਲਤ ਅਵਸਥਾ ਹੋ ਰਹੀ ਹੈ, ਕਿਹੋ ਜੀ ਹਾਲਤ ਅੱਗੇ ਨੂੰ ਤੇਰੀ ਹੋਵੇਗੀ ਬਿਨਾਂ ਸਿਮਰਨ ਤੋਂ। ਇਹ ਜਗ ਮੈਂ ਰਾਮ ਨਾਮ, ਕਿਉਂਕਿ ਇਸ ਜਗਤ ਸੰਸਾਰ ਦੇ ਮੈਂ ਬਿੰਦੀ ਨਹੀਂ ਲੱਗਣ ਦੇਣੀ, ਮੈਂ ਦਾ ਅਰਥ ਹੈ ਵਿੱਚ, ਇਸ ਜਗ ਮੈਂ ਰਾਮ ਨਾਮ, ਇਸ ਜਗਤ ਦੇ ਵਿੱਚ ਰੱਖਿਆ ਕਰਨ ਵਾਲਾ ਰਾਮ ਪਰਮੇਸ਼ਰ ਦਾ ਨਾਮ ਹੀ ਹੈ ਕੇਵਲ। ਉਹ ਤਾਂ ਨਹੀਂ ਸੁਣੇ ਉਹ ਕਾਨ, ਪਰ ਉਹ ਤਾਂ ਤੂੰ ਆਪਣੇ ਸ਼ਰਧਾ ਦੇ ਭਰੋਸੇ ਰੂਪੀ ਕੰਨਾਂ ਨਾਲ, ਪ੍ਰਤੱਖ ਕੰਨਾਂ ਨਾਲ ਧਿਆਨ ਲਾ ਕੇ ਕਦੀ ਸੁਣਿਓ, ਸੁਣਨਾ ਹੀ ਨਹੀਂ ਕੀਤਾ। ਵਿਖਿਆਨ ਸਿਓ ਅਤ ਲੁਭਾਨ, ਤੂੰ ਵਿਖਿਆਨ ਵਿਸ਼ੇ ਵਿਕਾਰਾਂ ਦੇ ਸਿਓ ਨਾਲ ਹੀ ਅਤ ਲੁਭਾਨ ਅਤਿਅੰਤ ਲੁਭਾਏ ਮਾਨ ਹੋ ਰਿਹਾ ਹੈ, ਵਿਸ਼ੇ ਭੋਗਣੇ ਚੰਗੇ ਲੱਗਦੇ ਨੇ। ਮਤ ਨਾਹਨ ਫੇਰੀ, ਤੂੰ ਇਹਨਾਂ ਵਿਕਾਰਾਂ ਵੱਲੋਂ ਆਪਣੀ ਮਤ ਬੁੱਧੀ ਜੋ ਹੈ ਉਹ ਫੇਰੀ ਮੋੜਨਾ ਹੀ ਨਾਹਨ ਨਹੀਂ ਕੀਤੀ, ਕਦੀ ਵੀ ਆਪਣੇ ਆਪ ਦੇ ਕਾਬੂ ਨਹੀਂ ਰੱਖਦਾ ਵੀ ਇਹ ਕੰਮ ਨਾ ਕਰਾਂ। ਰਹਾਉ ਮਾਨਸ ਕੋ ਜਨਮ ਲੀਨ, ਇਹ ਭਾਈ ਤੂੰ ਉਦਾਂ ਦਾ ਮਾਨਸ ਮਨੁੱਖਾ ਦਾ ਜਨਮ ਲੀਨ ਲੈਣਾ ਕੀਤਾ ਹੈ, ਜੰਮਿਆਂ ਦੇ ਤੂੰ ਮਨੁੱਖ ਬਣ ਕੇ ਹੈ 84 ਲੱਖ ਜੂਨਾਂ ਚੋ ਉੱਤਮ ਜੂਨੀ ਚ। ਸਿਮਰਨ ਨਹ ਨਿਮਖ ਕੀਨ, ਪਰ ਇਹ ਮਨੁੱਖਾ ਜਨਮ ਨੂੰ ਪਾ ਕੇ ਵੀ ਤੂੰ ਪਸ਼ੂਆਂ ਦੀ ਨਿਆਈ ਰਿਹਾ ਨਾ, ਨਿਮਖ ਅੱਖ ਦੇ ਝਮਕਣ ਜਿੰਨਾ ਸਮਾਂ ਵੀ ਵਾਹਿਗੁਰੂ ਦਾ ਸਿਮਰਨ ਭਜਨ ਨਹੀਂ ਕੀਤਾ। ਦਾਰਾ ਸੁਖ ਭਇਓ ਦੀਨ, ਦਾਰਾ ਇਸਤਰੀ ਦੇ ਵਿਸ਼ੇ ਆਦਿਕ ਜਿਹੜੇ ਸੁਖ ਨੇ ਉਹਨਾਂ ਦੇ ਅਧੀਨ ਹੀ ਕੰਗਾਲ ਹੋਇਆ ਪਿਆ ਹੈ, ਦੀਨ ਉਹਨਾਂ ਦੇ ਅਧੀਨ ਹੋ ਗਿਆ ਹੈ। ਪਗੋ ਪਰੀ ਬੇਰੀ, ਇਹ ਮੰਨ ਲਓ ਵੀ ਤੇਰੇ ਪਗੋ ਪੈਰਾਂ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਬੇੜੀ ਪਈ ਹੋਈ ਹੈ, ਇਹ ਪਰਿਵਾਰ ਦਾ ਮੋਹ ਜੰਜੀਰਾਂ ਬੱਝੀਆਂ ਹੋਈਆਂ ਹਨ। ਨਾਨਕ ਜਨ ਕਹੇ ਪੁਕਾਰ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਅਸੀਂ ਕੂਕ ਕੇ ਉੱਚੀ ਬੁਲੰਦ ਆਵਾਜ਼ ਵਿੱਚ ਪੁਕਾਰ ਕੇ ਆਖਦੇ ਹਾਂ ਤੁਹਾਡੇ ਭਲੇ ਵਾਸਤੇ। ਸੁਪਨਾ ਜੋ ਜਗ ਪਸਾਰ, ਇਹ ਜਗਤ ਦਾ ਪਸਾਰ ਫੈਲਾ ਸਾਰਾ ਸੁਪਨੇ ਵਾਂਗ ਹੈ, ਜਿਵੇਂ ਸੁਪਨਾ ਝੂਠਾ ਹੁੰਦਾ ਐਵੇਂ ਜਗਤ ਨਾਸਵੰਤ ਹੈ। ਸਿਮਰਤ ਨਹਿ ਕਿਉ ਮੁਰਾਰ, ਇਸ ਲਈ ਭਾਈ ਤੂੰ ਮੁਰਾਰੀ ਮੋਹਰੇ ਆਦਿਕ ਦੈਂਤਾਂ ਦੇ ਨਾਸ ਕਰਨ ਵਾਲੇ ਵਾਹਿਗੁਰੂ ਨੂੰ ਕਿਉਂ ਨਹੀਂ ਸਿਮਰਦਾ। ਮਾਇਆ ਜਾ ਕੀ ਚੇਰੀ, ਸਾਰੇ ਪ੍ਰਕਾਰ ਦੀ ਜੜ ਚੇਤਨ ਮਾਇਆ ਜਿਸ ਵਾਹਿਗੁਰੂ ਦੀ ਦਾਸੀ ਹੈ ਸੇਵਕਾ ਹੈ। ਜੈ ਜਾਵੰਤੀ ਮਹੱਲਾ ਨਾਵਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਰਾਗ ਬਦ ਬਾਣੀ ਦਾ ਅਖੀਰਲਾ ਸ਼ਬਦ ਉਚਾਰਦੇ ਹਨ। ਬੀਤ ਜਾ ਹੈ ਬੀਤ ਜਾ ਹੈ, ਸਤਿਗੁਰੂ ਜੀ ਕਹਿੰਦੇ ਸਿਮਰਨ ਬਗੈਰ ਹੀ ਬੀਤ ਜਾ ਹੈ ਗੁਜਰਦਾ ਜਾ ਰਿਹਾ ਹੈ, ਬੀਤ ਜਾ ਹੈ ਗੁਜਰਦਾ ਜਾ ਰਿਹਾ ਵਿਅਰਥੀ। ਜਨਮ ਅਕਾਜ ਰੇ, ਭਾਈ ਤੇਰਾ ਜਿਹੜਾ ਅਮੋਲਕ ਮਨੁੱਖਾ ਜਨਮ ਹੈ ਅਕਾਜ ਵਿਅਰਥੀ ਬਤੀਤ ਹੁੰਦਾ ਜਾ ਰਿਹਾ ਸਿਮਰਨ ਬਾਜੋਂ। ਇਸ ਦਿਨ ਸੁਣ ਕੇ ਪੁਰਾਣ, ਹੇ ਭਾਈ ਤੂੰ ਇਸ ਦਿਨ ਸੁਣ ਕੇ ਰਾਤ ਦਿਨ ਸੁਣ ਕੇ ਪੁਰਾਣ ਧਰਮ ਗ੍ਰੰਥਾਂ ਦੇ ਬਚਨਾਂ ਨੂੰ। ਸਮਝਤ ਨਹਿ ਰੇ ਅਜਾਨ, ਰੇ ਅਜਾਨ ਬੇਸਮਝ ਪੁਰਖਾ ਤੂੰ ਸਮਝਦਾ ਕਿਉਂ ਨਹੀਂ ਹੈ, ਰਾਤ ਦਿਨ ਧਰਮ ਗ੍ਰੰਥ ਕੂਕ ਰਹੇ ਨੇ ਤੂੰ ਸੁਣ ਰਿਹਾ ਏ,
ਕੰਨੀ ਜਿਹੜੇ ਆਵਾਜ਼ ਪੈਂਦੀ ਹੈ ਫੇਰ ਵੀ ਤੂੰ ਅਕਲ ਨੂੰ ਹੱਥ ਨਹੀਂ ਮਾਰਦਾ। ਕਾਲ ਤੋਂ ਪਹੁੰਚਿਓ ਆਣ, ਵੇਖ ਤੇਰਾ ਕਾਲ ਅੰਤ ਦਾ ਸਮਾਂ ਤੋਂ ਤਾਂ ਤੇਰੇ ਪਾਸ ਹੀ ਕਾਲ ਤੋਂ ਤੇਰਾ ਕਾਲ ਦਾ ਸਮਾਂ ਪਹੁੰਚਿਓ ਆਣ, ਉਹਦੇ ਪਹੁੰਚਿਓ ਆਣ ਆਣ ਪਹੁੰਚਿਆ ਹੈ ਭਾਵ ਇਉਂ ਜਾਣ ਵੀ ਮੌਤ ਬਿਲਕੁਲ ਤੇਰੀ ਨੇੜੇ ਆ ਗਈ ਹੈ। ਜਾਂ ਪਹੁੰਚੇ ਉਹਦਾ ਅਰਥ ਵੀ ਕਰਦੇ ਵੀ ਨੇੜੇ ਹੀ ਪਹੁੰਚ ਰਿਹਾ ਹੈ ਮੌਤ ਦਾ ਸਮਾਂ। ਕਹਾ ਜਹਿ ਭਾਜ ਰੇ, ਤੇਰੇ ਹੇ ਭਾਈ ਤੂੰ ਹੁਣ ਕਿੱਥੇ ਭਾਜ ਭੱਜ ਕੇ ਜਹਿ ਜਾਣਾ ਕਰੇਗਾ, ਕਿਸੇ ਭੱਜਿਆ ਨਹੀਂ ਜਾਵੇਗਾ। ਰਹਾਉ ਅਸਤਰ ਜੋ ਮਾਨਿਓ ਦੇਹ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਹੜੀ ਦੇਹ ਕਾਇਆ ਤੂੰ ਅਸਥਿਰ ਅਸਥਿਤ ਮਾਨਿਓ ਮੰਨੀ ਹੋਈ ਹੈ ਨਾ ਵੀ ਪਤਾ ਨਹੀਂ ਮੇਰਾ ਸਰੀਰ ਸਦਾ ਰਹਿਣਾ ਹੈ। ਸੋ ਤਾਂ ਤੇਰੋ ਹੋਇਆ ਹੈ ਖੇਹ, ਉਹ ਤਾਂ ਤੇਰਾ ਸਰੀਰ ਜੋ ਹੈ ਤੇਰੀ ਦੇਹ ਹੈ ਨਾ ਉਹ ਖੇਹ ਸਵਾਹ ਰੂਪ ਹੋ ਜਾਵੇਗੀ, ਮਿੱਟੀ ਚ ਮਿਲ ਜਾਵੇਗੀ ਆਖਰ। ਕਿਉਂ ਨਾ ਹਰ ਕੋ ਨਾਮ ਲੇਹ, ਇਸ ਕਰਕੇ ਪਾਤਸ਼ਾਹ ਕਹਿੰਦੇ ਤੂੰ ਕਿਉਂ ਨੀ ਹਰੀ ਪਰਮੇਸ਼ਰ ਦਾ ਨਾਮ ਲੇਹ ਲੈਂਦਾ, ਨਾਮ ਕਿਉਂ ਨੀ ਜਪਦਾ, ਨਾਮ ਜਪਣ ਲੱਗ ਪਾ। ਮੂਰਖ ਨਿਲਾਜ ਰੇ, ਇਹ ਮੂਰਖ ਬੇਸਮਝ ਦੇ ਨਿਲਾਜ ਨਿਰਲਜ ਪੁਰਖਾ। ਰਾਮ ਭਗਤ ਹੀ ਆਣ, ਰਾਮ ਪਰਮੇਸ਼ਰ ਹੈ ਵਿਆਪਕ, ਉਹਦੀ ਭਗਤੀ ਆਪਣੇ ਹੀ ਇਹ ਹਿਰਦੇ ਵਿੱਚ ਆਣ ਲਿਆਉਣਾ ਕਰ, ਹਿਰਦੇ ਚ ਭਗਤੀ ਵਸਾ। ਛਾੜ ਦੇ ਤੈ ਮਨ ਕੋ ਮਾਨ, ਤੇ ਤੂੰ ਮਹਾਰਾਜ ਕਹਿੰਦੇ ਵੀ ਛਾੜ ਦੇ ਤੈ, ਤੈ ਦਾ ਅਰਥ ਹੈ ਤੂੰ, ਵੀ ਤੂੰ ਆਪਣੇ ਮਨ ਦਾ ਮਾਨ ਹੰਕਾਰ ਤਿਆਗ ਦੇਣਾ ਕਰ। ਨਾਨਕ ਜਨ ਇਹ ਬਖਾਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਅਸੀਂ ਜਨ ਦਾਸ ਇਸ ਤਰ੍ਹਾਂ ਬਖਾਨ ਕਥਨ ਕਰਦੇ ਹਾਂ। ਜਗ ਮੈਂ ਵਿਰਾਜ ਰੇ, ਰੇ ਭਾਈ ਫਿਰ ਤੂੰ ਇਸ ਜਗਤ ਦੇ ਮੈਂ ਵਿੱਚ ਆਤਮਾ ਆਨੰਦ ਨੂੰ ਪਾ ਕੇ ਵਾਹਿਗੁਰੂ ਦੀ ਜੋਤ ਵਿੱਚ ਲੀਨ ਹੋ ਕੇ ਸਦਾ ਵਾਸਤੇ ਵਿਰਾਜ ਰੇ, ਵਿਰਾਜ ਤੋਂ ਭਾਵ ਵਿਰਾਜਣਾ ਕਰ, ਆਨੰਦ ਦੇ ਵਿੱਚ ਟਿਕ ਜਾ, ਨਾਮ ਜਪ ਕੇ ਸਿਮਰਨ ਕਰੇਗਾ ਤੇ ਸਦਾ ਆਨੰਦ ਵਿੱਚ ਟਿਕਿਆ ਰਹੇਗਾ। ਇੱਥੇ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜੋ 31 ਰਾਗ ਸੁਭਾਏ ਮਾਨ ਹੈ, 31 ਰਾਗ ਇੱਥੇ ਸੰਪੂਰਨ ਹੋਏ ਨੇ। 31ਵਾਂ ਰਾਗ ਹੈ ਜੈ ਜਾਵੰਤੀ ਰਾਗ, ਸਾਰੇ ਰਾਗਾਂ ਦਾ ਵੇਰਵਾ ਇੱਕ ਵਿਸਥਾਰ ਨਾਲ ਬਾਅਦ ਵਿੱਚ ਆਪਾਂ ਫਿਰ ਕਹਿ ਦਿਆਂਗੇ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਅੱਗੇ 1353 ਅੰਗ ਤੋਂ ਸਲੋਕ ਸਹਿਸਕ੍ਰਿਤੀ ਬਾਣੀ ਪ੍ਰਾਰੰਭ ਹੋ ਰਹੀ ਹੈ। ਰਾਗ ਮੁਕਤ ਬਾਣੀ ਹੈ 1353 ਅੰਗ ਤੋਂ ਲੈ ਕਰਕੇ ਅਤੇ 1430 ਅੰਗ ਤੀਕਰ ਰਾਗ ਮੁਕਤ ਬਾਣੀ ਸਾਹਿਬ ਜੀ ਨੇ ਰਾਗਾਂ ਤੋਂ ਵੱਖਰੀ ਰੱਖ ਕੇ ਉਚਾਰਨ ਕੀਤੀ ਹੈ। 31 ਰਾਗ ਸੰਪੂਰਨ ਹੋਏ ਨੇ। ਸੋ ਇਸ ਕਰਕੇ ਬੇਨਤੀ ਹੈ ਵੀ ਆਪ ਯਤਨ ਕਰਿਓ ਕੱਲ੍ਹ ਨੂੰ ਨਾਲ ਛੋਟੀ ਛੋਟੇ ਜੇਬ ਦੇ ਪੌਕਟ ਆਕਾਰ ਦੀ ਇੱਕ ਡਾਇਰੀ ਅਤੇ ਪੈੱਨ ਨਾਲ ਲੈ ਕੇ ਜ਼ਰੂਰ ਆਇਓ, ਕਿਉਂਕਿ ਜਿਹੜੇ ਸ਼ਬਦਾਂ ਦਾ ਉਚਾਰਨ ਵਿੱਚ ਆਵੇਗਾ ਉਹ ਔਖੇ ਉਚਾਰਨ ਦੇ ਨਾਲੋਂ ਨਾਲ ਲਿਖਾਏ ਜਾ ਸਕਣ, ਕਿਉਂਕਿ ਸਹਿਸਕ੍ਰਿਤੀ ਬਾਣੀ ਜੋ ਹੈ ਇਹ ਅਭਿਆਸ ਕਰਨ ਦੇ ਵਿੱਚ, ਇਸ ਬਾਣੀ ਦਾ ਪਾਠ ਸਿੱਖਣ ਦੇ ਵਿੱਚ ਕਠਿਨਤਾਈ ਆਉਂਦੀ ਹੈ। ਗੁਰਮੁਖ ਬੋਲੀ ਜਿਹਨੂੰ ਮਹਿੰਗੀ ਕਹਿੰਦੇ ਨੇ ਆਮ ਲੋਕ ਔਖੀ ਕਹਿ ਦਿੰਦੇ ਹਨ। ਸੋ ਇਸ ਕਰਕੇ ਆਪ ਜੀ ਨੇ ਇਹ ਵੀ ਬੇਨਤੀ ਪ੍ਰਵਾਨ ਕਰਨੀ, ਵੱਧ ਤੋਂ ਵੱਧ ਹੋਰ ਵੀ ਕਈ ਸਿੱਖ ਸੰਗਤਾਂ ਕਈ ਵਾਰਾਂ ਕਹਿੰਦੀਆਂ ਹੁੰਦੀਆਂ ਨੇ ਸਹਿਜ ਪਾਠ ਕਰਦੇ ਨੇ ਪ੍ਰੇਮੀ ਵੀ ਅਸੀਂ ਸਹਿਸਕ੍ਰਿਤੀ ਦੀ ਸੰਥਿਆ ਕਰਨੀ ਹੈ, ਉਹਨਾਂ ਨੂੰ ਵੀ ਸੁਨੇਹਾ ਲਾ ਦਿਓ ਲਾਗ ਬੰਨੇ ਕਿਤੇ ਭਾਈ ਵੀ ਇਹ ਹੁਣ 4-5 ਦਿਨ ਅੱਗੇ
ਜੋ ਇਹ ਮਹਿੰਗੀ ਬਾਣੀ ਆ ਰਹੀ ਹੈ, ਡਾਇਰੀਆਂ ਲੈ ਕਰਕੇ ਛੋਟੇ ਆਕਾਰ ਦੀਆਂ ਨਾਲ ਜ਼ਰੂਰ ਆਇਓ ਅਤੇ ਉਹ ਆਪ ਜੀ ਸੰਥਿਆ ਕਰਕੇ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੋ, ਕਿਉਂਕਿ ਗਲਤ ਗੁਰਬਾਣੀ ਪੜ੍ਹਨਾ ਪਾਪ ਕਰਨ ਦੇ ਬਰਾਬਰ ਹੀ ਹੈ। ਜੇ ਕਿਸੇ ਵੀ ਸ਼ਬਦ ਦਾ ਸਾਨੂੰ ਉਚਾਰਨ ਹੀ ਨਹੀਂ ਆਉਂਦਾ, ਅਸੀਂ ਉਹਦੇ ਵਿੱਚੋਂ ਆਨੰਦ ਕੀ ਲੈ ਸਕਦੇ ਹਾਂ? ਗੁਰਬਾਣੀ ਪੜ੍ਹੀ ਦੀ ਹੈ ਅਤੇ ਆਨੰਦ ਆਉਂਦਾ ਹੈ ਨਾ, ਅਤੇ ਜੇ ਕਿਸੇ ਵੀ ਗੁਰਬਾਣੀ ਦੇ ਸ਼ਬਦ ਦਾ ਅਸੀਂ ਉਚਾਰਨ ਹੀ ਨਹੀਂ ਕਰ ਰਹੇ ਸਹੀ, ਤਾਂ ਫਿਰ ਆਨੰਦ ਸਾਨੂੰ ਕਿਵੇਂ ਆਵੇਗਾ? ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਣੀ, ਗੁਰੂ ਸਾਹਿਬ ਸੰਗਤ ਬਖਸ਼ਣਹਾਰ ਹੈ। ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ। ਰਾਮ ਭਗਤ ਹੀਏ ਆਨ, ਛਾੜ ਦੇ ਤੈ ਮਨ ਕੋ ਮਾਨ, ਨਾਨਕ ਜਨ ਹੇ ਬਖਾਨ, ਜਗ ਮੈਂ ਬਿਰਾਜ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।